نحمده ونستعينه ونستغفره ونعوذ بالله من شرور أنفسنا ومن سيئات أعمالنا من يهده الله فلا مضل له ومن يضلله فلا هادي له وأشهد أن لا إله إلا الله وحده لا شريك له وأشهد أن محمدًا عبده ورسوله صلى الله عليه وسلم. اللهم صل على محمد وعلى آل محمد صلى الله عليه وسلم كما صليت على إبراهيم وعلى آل إبراهيم إنك حميد مجيد. اللهم بارك على محمد وعلى آل محمد صلى الله عليه وسلم كما باركت على إبراهيم وعلى آل إبراهيم إنك حميد مجيد. رب اشرح لي صدري ويسر لي أمري واحلل عقدة من لساني يفقه قولي. أعوذ بالله السميع العليم من الشيطان الرجيم. يا أيها الذين آمنوا قوا أنفسكم وأهليكم نارا وقودها الناس والحجارة عليها ملائكة. احباب ذی وقار، سامعین حضرات، اللہ تعالیٰ دی بے شمار نعمتاں وچوں ایک نعمت اپنا گھر بھی ہے. گھر اللہ پاک نے سکون دا باعث بنائے نے، سبب بنائے نے. ਜਦੋਂ ਇਨਸਾਨ ਕੰਮ ਕਾਜ ਤੋਂ ਥੱਕ ਹਾਰ ਕੇ ਕਾਰੋਬਾਰ ਤੋਂ, ਦੁਕਾਨ ਤੋਂ, ਜੌਬ ਤੋਂ ਆਪਣੇ ਘਰ ਦੇ ਅੰਦਰ ਆਉਂਦਾ ਹੈ, ਅੱਲਾ ਪਾਕ ਆਪਣੇ ਘਰ ਦੇ ਜ਼ਰੀਏ ਇਨਸਾਨ ਨੂੰ ਤਸਕੀਨ ਔਰ ਰਾਹਤ ਅਤਾ ਫਰਮਾਉਂਦੇ ਨੇ. ਔਰ ਨਬੀ ਪਾਕ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਨੇ ਫਰਮਾਇਆ ਕਿ ਵਸੀ ਔਰ ਖੁੱਲ੍ਹਾ ਘਰ ਇਹ ਵੀ ਅੱਲਾ ਪਾਕ ਦੀ ਰਹਿਮਤ ਹੈ. ਜਿਸ ਤਰ੍ਹਾਂ ਅਸੀਂ ਆਪਣੇ ਘਰ ਨੂੰ ਡੈਕੋਰੇਟ ਕਰਨ ਵਾਸਤੇ, ਅੱਛਾ ਤੋਂ ਅੱਛਾ ਬਣਾਉਣ ਵਾਸਤੇ ਦਿਨ ਰਾਤ ਸੋਚਦੇ ਵੀ ਹਾਂ ਅਤੇ ਪਲੈਨਿੰਗ ਵੀ ਕਰਦੇ ਹਾਂ ਕਿ ਘਰ ਜਿਹੜਾ ਨਾ ਅਗਰ ਇਸ ਤਰ੍ਹਾਂ ਹੋ ਜਾਏ, ਅਗਰ ਇਹਦੇ ਅੰਦਰ ਸੈਟਿੰਗ ਇਸ ਤਰ੍ਹਾਂ ਦੀ ਹੋ ਜਾਏ, ਇਹਦੇ ਪਰਦੇ ਇਸ ਤਰ੍ਹਾਂ ਦੇ ਹੋ ਜਾਣ, ਇਹਦੇ ਅੰਦਰ ਸੋਫੇ ਇਸ ਤਰ੍ਹਾਂ ਦੇ ਹੋ ਜਾਣ, ਇਸ ਤਰ੍ਹਾਂ ਦਾ ਬੈੱਡਰੂਮ ਹੋ ਜਾਏ, ਇਸ ਤਰ੍ਹਾਂ ਦਾ ਡਰਾਇੰਗ ਰੂਮ ਹੋ ਜਾਏ. ਅਸੀਂ ਦਿਨ ਰਾਤ ਇਸੇ ਸੋਚ ਦੇ ਅੰਦਰ ਲੱਗੇ ਰਹਿੰਦੇ ਹਾਂ ਕਿ ਘਰ ਨੂੰ ਬਿਹਤਰ ਤੋਂ ਬਿਹਤਰ, ਅੱਛੇ ਤੋਂ ਅੱਛਾ ਔਰ ਖੂਬਸੂਰਤ ਤੋਂ ਖੂਬਸੂਰਤ ਕਿਵੇਂ ਬਣਾਇਆ ਜਾ ਸਕਦਾ ਹੈ.
ਮੇਰੇ ਪਿਆਰੇ ਭਾਈਓ, ਇਸੇ ਤਰ੍ਹਾਂ ਸਾਨੂੰ ਆਪਣੇ ਘਰਾਂ ਦੇ ਅੰਦਰ ਜਿਹੜਾ ਮਾਹੌਲ ਹੈ ਉਹਨੂੰ ਵੀ ਇਸਲਾਮੀ ਔਰ ਬਿਹਤਰ ਤੋਂ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਕਿ ਸਾਡੇ ਘਰਾਂ ਦਾ ਮਾਹੌਲ ਕੈਸਾ ਹੈ, ਸਾਡੇ ਘਰਾਂ ਦੇ ਮਾਹੌਲ ਦੇ ਅੰਦਰ ਕਿਤੇ ਸ਼ੈਤਾਨੀ ਅੰਸਰ ਮੌਜੂਦ ਤੇ ਨਹੀਂ। ਅਸੀਂ ਆਪਣੇ ਬੱਚਿਆਂ ਦੇ ਨਾਲ ਗੁਫ਼ਤਗੂ ਕਿਸ ਲਹਿਜੇ ਵਿੱਚ ਕਰਨੇ ਆ, ਕਿਆ ਸਾਡੇ ਘਰ ਦੇ ਅੰਦਰ ਇਸਲਾਮੀ ਮਾਹੌਲ ਹੈ, ਇਸਲਾਮੀ ਤਰਬੀਅਤ ਹੈ, ਕਿਆ ਅਸੀਂ ਖੁਦ ਅਸੀਂ ਇਸਲਾਮ ਦੇ ਉੱਤੇ ਅਮਲ ਕਰਨੇ ਆ, ਕਿਆ ਅਸੀਂ ਆਪਣੀ ਔਲਾਦ ਨੂੰ ਇਸਲਾਮ ਵੱਲ ਲਿਆ ਰਹੇ ਆ। ਇਹਨਾਂ ਤਮਾਮ ਚੀਜ਼ਾਂ 'ਤੇ ਗੌਰ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਔਰ ਅਹਿਮੀਅਤ, ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਹੈ, ਯੂਟਿਊਬ ਦਾ ਦੌਰ ਹੈ, ਫੇਸਬੁੱਕ ਦਾ ਦੌਰ ਹੈ, ਔਰ ਇਸ ਸੋਸ਼ਲ ਮੀਡੀਆ ਦੇ ਦੌਰ ਦੇ ਅੰਦਰ ਮੁਲਕੇ ਪਾਕਿਸਤਾਨ ਦਾ ਔਰ ਖਾਸ ਤੌਰ 'ਤੇ ਮੁਸਲਿਮ ਮੁਆਸ਼ਰੇ ਦਾ ਨੌਜਵਾਨ ਆਪਣੇ ਰਾਹ ਰਾਸਤ ਤੋਂ ਹਟਦਾ ਹੋਇਆ ਨਜ਼ਰ ਆ ਰਿਹਾ ਹੈ। ਮੇਰੇ ਪਿਆਰੇ ਭਾਈਓ, ਮਾਹੌਲ ਦਾ ਇਨਸਾਨ ਦੀ ਜ਼ਿੰਦਗੀ ਉੱਤੇ ਔਰ ਬੱਚਿਆਂ ਦੇ ਉੱਤੇ ਬਹੁਤ ਜ਼ਿਆਦਾ ਗਹਿਰਾ ਅਸਰ ਹੁੰਦਾ ਹੈ। ਮੈਂ ਇੱਕ ਦੋ ਮਿਸਾਲਾਂ ਦੇ ਕੇ ਤੁਹਾਨੂੰ ਸਮਝਾਉਣਾ। ਗਾਜਰ ਹੈ ਨਾ, ਗਾਜਰ, ਗਾਜਰ ਨੂੰ ਅਗਰ ਤੁਸੀਂ ਸ਼ੀਰੇ ਦੇ ਵਿੱਚ ਪਾ ਕੇ ਚੰਦ ਦਿਨਾਂ ਦੇ ਅੰਦਰ ਰੱਖ ਦਿਓ, ਚੰਦ ਦਿਨਾਂ ਤੋਂ ਬਾਅਦ ਉਹ ਗਾਜਰ ਦਾ ਮੁਰੱਬਾ ਬਣ ਜਾਏਗਾ। ਔਰ ਉਸੇ ਗਾਜਰ ਨੂੰ ਅਗਰ ਸਰਸੋਂ ਦੇ ਤੇਲ ਅੰਦਰ, ਮਸਾਲਿਆਂ ਅੰਦਰ ਰੱਖ ਦਿਓ ਤੇ ਕੁਛ ਦਿਨਾਂ ਤੋਂ ਬਾਅਦ ਉਹ ਗਾਜਰ ਦਾ ਅਚਾਰ ਬਣ ਜਾਏਗਾ। ਹੈ ਉਹ ਵੀ ਗਾਜਰ ਏ, ਹੈ ਉਹ ਵੀ ਗਾਜਰ ਏ, ਲੇਕਿਨ ਮਾਹੌਲ ਦਾ ਇਤਨਾ ਗਹਿਰਾ ਅਸਰ ਹੋਇਆ ਕਿ ਉਹ ਗਾਜਰ ਦਾ ਮੁਰੱਬਾ ਬਣ ਗਿਆ ਤੇ ਉਹ ਗਾਜਰ ਦਾ ਅਚਾਰ ਬਣ ਗਿਆ। ਇਸੇ ਤਰ੍ਹਾਂ ਮੇਰੇ ਪਿਆਰੇ ਭਾਈਓ, ਬੇਟੇ ਅੱਲਾ ਪਾਕ ਨੇ ਅਤਾ ਕੀਤੇ ਹੁੰਦੇ ਨੇ, ਅੱਲਾ ਪਾਕ ਨੇ ਕਿਸੇ ਨੂੰ ਬੇਟੀਆਂ ਅਤਾ ਕੀਤੀਆਂ ਨੇ, ਇਹ ਔਲਾਦ ਵੀ ਇੱਕ ਬਿਹਤਰੀਨ ਮੇਵਾ ਹੈ, ਇੱਕ ਬਿਹਤਰੀਨ ਫਲ ਹੈ, ਅੱਲਾ ਪਾਕ ਦੀ ਬਹੁਤ ਬੜੀ ਨਿਹਮਤ। ਇਹਨਾਂ ਨੂੰ ਅਗਰ ਤੁਸੀਂ ਦੀਨੀ ਮਾਹੌਲ ਦੇ ਅੰਦਰ ਰੱਖੋਗੇ ਤਾਂ ਇਹ ਨੇਕ ਬੱਚੇ ਬਣ ਜਾਣਗੇ, ਨਮਾਜ਼ੀ ਬੱਚੇ ਬਣ ਜਾਣਗੇ, ਬਾ ਕਿਰਦਾਰ ਬੱਚੇ ਬਣ ਜਾਣਗੇ, ਬਾ ਅਖਲਾਕ ਬੱਚੇ ਬਣ ਜਾਣਗੇ ਔਰ ਬਾ ਹਯਾ ਬੱਚੇ ਬਣ ਜਾਣਗੇ। ਔਰ ਅਗਰ ਤੁਸੀਂ ਇਹਨਾਂ ਨੂੰ ਬੇਰਾਹ ਰਵੀ ਦਾ ਮਾਹੌਲ ਦਿਓਗੇ, ਸ਼ੈਤਾਨੀ ਮਾਹੌਲ ਦਿਓਗੇ, ਔਰ ਨਾਊਜ਼ ਬਿੱਲਾ ਅਸਤਗਫਿਰੁੱਲਾਹ ਤੁਸੀਂ ਅੱਲਾਹ ਔਰ ਉਸਦੇ ਰਸੂਲ ਦੀ ਬਗਾਵਤ ਦੇ ਰਸਤੇ ਆਪਣੇ ਘਰੋਂ ਸ਼ੁਰੂ ਕਰੋਗੇ, ਤੋ ਇਹ ਮਤ ਸਮਝੀਏਗਾ ਕਿ ਬੇਟੀਆਂ ਜਿਹੜੀਆਂ ਨੇ ਉਹ ਪਰਦਾ ਕਰਨਗੀਆਂ, ਬੇਟੀਆਂ ਮਾਂ ਬਾਪ ਦੀਆਂ ਇੱਜ਼ਤਾਂ ਦੀਆਂ ਮੁਹਾਫਿਜ਼ ਬਣਨਗੀਆਂ, ਬੇਟੇ ਜਿਹੜੇ ਨੇ ਉਹ ਬਾਪ ਦੇ ਨਾਲ ਬਦਤਮੀਜ਼ੀ ਦੇ ਨਾਲ ਨਹੀਂ ਬੋਲਣਗੇ। ਨਹੀਂ ਮੇਰੇ ਪਿਆਰੇ ਭਾਈਓ, ਇਹ ਸ਼ੈਤਾਨ ਨੇ ਦਾਲ ਲਾਉਣਾ ਹੀ ਲਾਉਣਾ ਹੈ, ਸ਼ੈਤਾਨ ਨੇ ਗੁੰਮਰਾਹ ਕਰਨਾ ਹੀ ਕਰਨਾ। ਤਰਬੀਅਤ ਦੇ ਹਵਾਲੇ ਨਾਲ ਮੇਰੇ ਪਿਆਰੇ ਭਾਈਓ, ਚੰਦ ਇੱਕ ਚੀਜ਼ਾਂ ਜਿਹੜੀਆਂ ਮੈਂ ਬਿਆਨ ਕਰਨੀਆਂ ਚਾਹੁੰਦਾ ਕਿ ਘਰਾਂ ਦੇ ਅੰਦਰ ਇਸਲਾਮੀ ਮਾਹੌਲ ਪੈਦਾ ਕਿਵੇਂ ਹੋ ਸਕਦਾ ਹੈ, ਕਿਹੜੇ ਕਿਹੜੇ ਅਸੀਂ ਕੰਮ ਕਰੀਏ ਤੇ ਸਾਡੇ ਘਰਾਂ ਦੇ ਅੰਦਰ ਇਸਲਾਮੀ ਮਾਹੌਲ ਆ ਸਕਦਾ ਹੈ, ਸਾਡੇ ਘਰਾਂ ਦੇ ਅੰਦਰ ਇੱਕ ਬਿਹਤਰੀਨ ਔਰ ਮਿਆਰੀ ਇਸਲਾਮੀ ਮਾਹੌਲ ਸਾਡੇ ਘਰਾਂ ਦੇ ਅੰਦਰ ਪਰਵਾਨ ਚੜ੍ਹ ਸਕਦਾ ਹੈ।
ਆਈਏ ਅੱਲਾਹ ਪਾਕ ਨੇ ਕੁਰਾਨੇ ਪਾਕ ਦੇ ਅੰਦਰ ਨਾ ਇੱਕ ਬੜੇ ਪਿਆਰੇ ਅੰਦਾਜ਼ ਦੇ ਅੰਦਰ ਦੋ ਜਗ੍ਹਾ ਤੇ ਕੁਰਾਨੇ ਪਾਕ ਅੰਦਰ ਅੱਲਾਹ ਪਾਕ ਨੇ ਨਾ ਔਲਾਦ ਦੀ ਤਰਬੀਅਤ ਦੇ ਹਵਾਲੇ ਨਾਲ, ਘਰ ਦੇ ਮਾਹੌਲ ਦੇ ਹਵਾਲੇ ਨਾਲ ਅੱਲਾਹ ਪਾਕ ਨੇ ਬਹੁਤ ਅਹਿਮ ਇਸ਼ਾਰਾ ਫਰਮਾਇਆ। ਆਈਏ ਅੱਲਾਹ ਪਾਕ ਨੇ ਕੁਰਾਨੇ ਪਾਕ ਅੰਦਰ ਕੀ ਫਰਮਾਇਆ। ਅੱਲਾਹ ਫਰਮਾ ਰਹੇ ਨੇ, ਮੇਰੇ ਮਹਬੂਬ ਪੈਗੰਬਰ ਨਬੀ ਕੁਲ ਕਾਇਨਾਤ ਜਨਾਬ ਮੁਹੰਮਦ ਸੱਲੱਲਾਹੁ ਅਲੈਹੀ ਵਅਲਿਹੀ ਵਸੱਲਮ ਜੀ ਐਲਾਨ ਫਰਮਾ ਦਿਓ, ਯਾ ਅਯੂਹਲ ਲਜ਼ੀਨਾ ਆਮਨੂ ਕੂ ਅਨਫੁਸਕੁਮ ਵਅਹਲੀਕੁਮ ਨਾਰਾ ਵਕੂਦੁਹਾ ਨਾਸੁ ਵਲਹਿਜਾਰਾ ਅਲੈਹਾ ਮਲਾਇਕਾ। ਓ ਮੋਮਿਨੋ ਮੁਸਲਮਾਨੋ, ਖੁਦ ਵੀ ਅੱਲਾ ਦੀ ਜਹੰਨਮ ਦੇ ਕੋਲੋਂ ਬਚ ਜਾਓ, ਆਪਣੀਆਂ ਔਲਾਦਾਂ ਨੂੰ ਵੀ ਅੱਲਾ ਪਾਕ ਦੀ ਜਹੰਨਮ ਦੇ ਕੋਲੋਂ ਬਚਾ ਲਓ, ਇਹ ਅੱਗ ਦੇ ਕੋਲੋਂ ਖੁਦ ਵੀ ਬਚ ਜਾਓ ਅਤੇ ਆਪਣੀਆਂ ਔਲਾਦਾਂ ਨੂੰ ਵੀ ਬਚਾ ਲਓ। ਆਓ ਲੋਗੋ, ਸਭ ਤੋਂ ਪਹਿਲਾ ਉਸੂਲ ਮੈਂ ਬਿਆਨ ਕਰਨਾ ਚਾਹੁੰਦਾ। ਅਗਰ ਤੁਸੀਂ ਚਾਹੁੰਦੇ ਹੋ ਘਰ ਦੇ ਅੰਦਰ ਇਸਲਾਮੀ ਮਾਹੌਲ ਪੈਦਾ ਹੋ ਜਾਏ, ਤਾਂ ਸਭ ਤੋਂ ਪਹਿਲੇ ਰਿਸ਼ਤੇ ਜਿਹੜੇ ਨੇ ਰਿਸ਼ਤੇ ਉਹ ਦੀਨ ਦੀ ਬੁਨਿਆਦ 'ਤੇ ਕਰਨਾ ਸ਼ੁਰੂ ਕਰ ਦਿਓ। ਜਦੋਂ ਬੇਟਾ ਵੀ ਦੀਨਦਾਰ ਹੋਏਗਾ, ਬੇਟੀ ਵੀ ਦੀਨਦਾਰ ਹੋਏਗੀ, ਲੜਕਾ ਵੀ ਦੀਨਦਾਰ ਹੋਏਗਾ, ਲੜਕੀ ਵੀ ਦੀਨਦਾਰ ਹੋਏਗੀ। ਅੱਲਾਹ ਪਾਕ ਦੀ ਰਹਿਮਤ ਦੇ ਨਾਲ ਘਰ ਦਾ ਮਾਹੌਲ ਇਸਲਾਮੀ ਬਣ ਜਾਏਗਾ। ਬੇਟਾ ਵੀ ਨਮਾਜ਼ੀ ਏ ਅਤੇ ਬੇਟੀ ਵੀ ਨਮਾਜ਼ੀ ਏ, ਬੇਟਾ ਵੀ ਕੁਰਾਨ ਪੜ੍ਹਨ ਵਾਲਾ ਹੈ ਅਤੇ ਬੇਟੀ ਵੀ ਕੁਰਾਨ ਪੜ੍ਹਨ ਵਾਲੀ ਏ, ਬੇਟਾ ਵੀ ਬਾ ਅਖਲਾਕ ਏ ਅਤੇ ਬੇਟੀ ਵੀ ਬਾ ਅਖਲਾਕ ਏ। ਇਹ ਰਿਸ਼ਤੇ ਦੀ ਬੁਨਿਆਦ ਜਿਹੜੀ ਏ ਇਸਲਾਮ 'ਤੇ ਹੋਣੀ ਚਾਹੀਦੀ ਏ, ਰਿਸ਼ਤੇ ਦੀ ਬੁਨਿਆਦ ਜਿਹੜੀ ਏ ਇਸਲਾਮ ਦੀਆਂ ਉਸੂਲਾਂ ਦੇ ਮੁਤਾਬਕ ਹੋਣੀ ਚਾਹੀਦੀ ਏ। ਜਦੋਂ ਮਾਂ ਬਾਪ ਨੇਕ ਹੋਣਗੇ ਅੱਗੋਂ ਔਲਾਦਾਂ ਵੀ ਨੇਕ ਹੋਣਗੀਆਂ, ਜਦੋਂ ਬੇਟਾ ਬੇਟੀ ਦੀ ਸ਼ਾਦੀ ਇਸਲਾਮ ਦੇ ਮੁਤਾਬਕ ਹੋਏਗੀ, ਘਰਾਂ ਦੇ ਅੰਦਰ ਮਾਹੌਲ ਵੀ ਇਸਲਾਮੀ ਆ ਜਾਏਗਾ। ਹਾਏ ਮੇਰੇ ਅੱਲਾ, ਜਦੋਂ ਬਾਪ ਵੀ ਬਦਤਮੀਜ਼ ਹੋਏਗਾ, ਬੇਟੀ ਵੀ ਮਾਂ ਵੀ ਬਦਤਮੀਜ਼ ਹੋਏਗੀ, ਅੱਗੋਂ ਔਲਾਦ ਵੀ ਬਦਤਮੀਜ਼ ਹੋਏਗੀ। ਜਦੋਂ ਮਾਂ ਬਾਪ ਹੀ ਨਾਊਜ਼ ਬਿੱਲਾ ਫਿਲਮਾਂ ਅਤੇ ਡਰਾਮਿਆਂ 'ਤੇ ਲੱਗ ਜਾਣਗੇ, ਔਲਾਦਾਂ ਵੀ ਨਾਊਜ਼ ਬਿੱਲਾ ਫਿਲਮਾਂ ਅਤੇ ਡਰਾਮਿਆਂ 'ਤੇ ਲੱਗ ਜਾਣਗੇ, ਨਾਊਜ਼ ਬਿੱਲਾ ਮਿਨ ਜ਼ਾਲਿਕਾ। ਲਓ ਮੈਂ ਦੁਆ ਕਰਨਾ ਆਮੀਨ ਆਖਿਆ ਜੀ ਅੱਲਾਹ ਕੋਲੋਂ, ਦੁਆ ਕਰਨੇ ਆ ਕਬੂਲੀਅਤ ਦੀ ਘੜੀ ਏ। ਅੱਲਾਹ ਸੋਹਣਿਆ ਸਾਨੂੰ ਆਪਣੇ ਬੇਟੇ ਬੇਟੀਆਂ ਦੇ ਰਿਸ਼ਤਿਆਂ ਦੇ ਮਾਮਲੇ ਅੰਦਰ ਅੱਲਾਹ ਇਸਲਾਮ ਨੂੰ ਸਭ ਤੋਂ ਸਾਹਮਣੇ ਰੱਖ ਕੇ ਅੱਲਾਹ ਇਸਲਾਮ ਦੇ ਮੁਤਾਬਕ ਨਿਕਾਹ ਕਰਨ ਦੀ ਤੌਫੀਕ ਅਤਾ ਫਰਮਾਵੇ। ਜਿਨ੍ਹਾਂ ਲੋਕਾਂ ਨੇ ਆਪਣੇ ਬੱਚੇ ਬੱਚੀਆਂ ਦੀਆਂ ਸ਼ਾਦੀਆਂ ਇਸਲਾਮ ਦੇ ਮੁਤਾਬਕ ਕੀਤੀਆਂ ਨੇ ਔਰ ਇਸਲਾਮ ਨੂੰ ਸਾਹਮਣੇ ਰੱਖਿਆ, ਯਕੀਨ ਮੰਨੋ ਉਹਨਾਂ ਘਰਾਂ ਦੇ ਅੰਦਰ ਅਖਲਾਕ ਵੀ ਬਹੁਤ ਜ਼ਿਆਦਾ ਹੈ, ਉਹਨਾਂ ਘਰਾਂ ਦੇ ਅੰਦਰ ਕਿਰਦਾਰ ਵੀ ਬਹੁਤ ਜ਼ਿਆਦਾ ਹੈ, ਉਹਨਾਂ ਘਰਾਂ ਦੇ ਅੰਦਰ ਮਾਸ਼ਾਅੱਲਾ ਨਮਾਜ਼ ਦੀ ਬੜੀ ਪਾਬੰਦੀ। ਲਓ ਨਮਾਜ਼ ਦੇ ਬਾਰੇ ਨਾਲ ਮੈਂ ਇੱਕ ਹਦੀਸ ਬਾਤ ਸੁਣਾਉਂਦਾ, ਜ਼ਰਾ ਬਹਾਰ ਪੈਦਾ ਕਰੋ। ਇਮਾਮੁਲ ਅੰਬੀਆ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ, ਵਾ ਮੈਂ ਕੁਰਬਾਨ ਜਾਵਾਂ, ਨਬੀ ਪਾਕ ਅਲੈਹਿ ਸਲਾਮ ਨੇ ਫਰਮਾਇਆ, ਜਵਾਨੋ ਮੇਰੇ ਵੱਲ ਤਵੱਜੋ ਕਰਿਆ ਜੇ, ਪਰਦੇ ਅੰਦਰ ਮਾਵਾਂ ਭੈਣਾਂ ਬੇਟੀਆਂ ਤਸ਼ਰੀਫ ਫਰਮਾਨ ਨੇ ਤਵੱਜੋ ਕਰਿਆ ਜੇ। ਨਬੀ ਪਾਕ ਅਲੈਹਿ ਸਲਾਤੂ ਅਸਲਾਮ ਨੇ ਫਰਮਾਇਆ, ਜਦੋਂ ਬਾਪ ਵੀ ਨੇਕ ਹੋਏਗਾ, ਮਾਂ ਵੀ ਨੇਕ ਹੋਏਗੀ, ਅੱਲਾਹ ਇਸਲਾਮੀ ਮਾਹੌਲ ਪੈਦਾ ਕਰ ਦੇਣਗੇ, ਅੱਲਾਹ ਪਾਕ ਘਰ ਦੇ ਅੰਦਰ ਇਸਲਾਮੀ ਮਾਹੌਲ ਪੈਦਾ ਕਰ ਦੇਣਗੇ। ਨਬੀ ਪਾਕ ਅਲੈਹਿ ਸਲਾਮ ਨੇ ਫਰਮਾਇਆ, ਤਹੱਜੁਦ ਦਾ ਟਾਈਮ ਜਦੋਂ ਹੋ ਜਾਂਦਾ, ਤਵੱਜੋ
ਤਹੱਜੁਦ ਦਾ ਟਾਈਮ ਜਦੋਂ ਹੋ ਜਾਂਦਾ ਹੈ, ਅਗਰ ਬੀਵੀ ਦੀ ਅੱਖ ਪਹਿਲੋਂ ਖੁੱਲ ਗਈ ਏ ਤੂੰ ਆਪਣੇ ਸ਼ੋਹਰ ਨੂੰ ਬੇਦਾਰ ਕਰਦੀ ਏ, ਅਗਰ ਸ਼ੋਹਰ ਦੀ ਅੱਖ ਪਹਿਲੋਂ ਖੁੱਲ ਗਈ ਏ ਤੂੰ ਆਪਣੀ ਬੀਵੀ ਨੂੰ ਪਹਿਲੋਂ ਬੇਦਾਰ ਕਰਦਾ ਹੈ। ਸ਼ੋਹਰ ਆਪਣੀ ਬੀਵੀ ਨੂੰ ਕਹਿੰਦਾ ਅੱਲਾ ਵਾਲੀਏ ਉੱਠ ਜਾ, ਤਹੱਜੁਦ ਦਾ ਟਾਈਮ ਹੋ ਗਿਆ ਏ, ਉੱਠ ਜਾ ਫਜਰ ਦਾ ਟਾਈਮ ਹੋ ਗਿਆ ਏ। ਨਬੀ ਪਾਕ ਅਲੈਹਿ ਸਲਾਮ ਨੇ ਫਰਮਾਇਆ ਮੈਂ ਅੱਲਾ ਪਾਕ ਦੇ ਕੋਲੋਂ ਉਸ ਬੰਦੇ ਵਾਸਤੇ ਰਹਿਮਤ ਦੀ ਦੁਆ ਕਰਨਾ, ਅੱਲਾ ਸੋਹਣਿਆ ਮੇਰੇ ਐਸੇ ਮੇਰੇ ਉਮਤੀ ਦੇ ਉੱਤੇ ਰਹਿਮਤ ਫਰਮਾ ਦੇ, ਐਸੀ ਉਮਤੀਆ ਦੇ ਉੱਤੇ ਰਹਿਮਤ ਫਰਮਾ ਦੇ ਜਿਹੜਾ ਉਮਤੀ ਜਿਹੜੀ ਉਮਤੀਆ ਖੁਦ ਪਹਿਲੇ ਬੇਦਾਰ ਹੁੰਦੇ ਨੇ ਅਤੇ ਫਿਰ ਇੱਕ ਦੂਸਰੇ ਨੂੰ ਬੇਦਾਰ ਕਰਦੇ ਨੇ, ਫਿਰ ਇੱਕ ਦੂਸਰੇ ਨੂੰ ਜਗਾਉਂਦੇ ਨੇ, ਉੱਠ ਜਾਓ ਫਜਰ ਦੀ ਨਮਾਜ਼ ਪੜ੍ਹ ਲਵੋ। ਜੇ ਬੀਵੀ ਦੀ ਅੱਖ ਪਹਿਲੋਂ ਖੁੱਲ ਗਈ ਏ ਅਤੇ ਸ਼ੋਹਰ ਨੂੰ ਬੇਦਾਰ ਕਰਦੀ ਏ, ਜੇ ਸ਼ੋਹਰ ਦੀ ਅੱਖ ਪਹਿਲੋਂ ਖੁੱਲ ਗਈ ਏ ਅਤੇ ਆਪਣੀ ਬੀਵੀ ਨੂੰ ਬੇਦਾਰ ਕਰਦਾ, ਕਹਿੰਦਾ ਅੱਲਾ ਵਾਲੀਏ ਰੱਬ ਨੂੰ ਮਨਾਉਣ ਦਾ ਟਾਈਮ ਆ ਗਿਆ ਅਤੇ ਅੱਲਾ ਦੇ ਸਾਹਮਣੇ ਝੁਕ ਜਾਈਏ, ਰੱਬ ਦੇ ਸਾਹਮਣੇ ਡਿੱਗ ਡਿੱਗਣ ਦਾ ਟਾਈਮ ਆ ਗਿਆ ਅਤੇ ਅੱਲਾ ਦੇ ਸਾਹਮਣੇ ਸਜਦਾ ਰੇਜ਼ ਹੋ ਜਾਈਏ, ਅੱਲਾ ਦੇ ਸਾਹਮਣੇ ਆਪਣੀਆਂ ਮੁਸ਼ਕਲਾਂ ਅੱਲਾ ਪਾਕ ਦੇ ਸਾਹਮਣੇ ਰੱਖੀਏ, ਆਪਣੀਆਂ ਬਿਮਾਰੀਆਂ ਅੱਲਾ ਪਾਕ ਦੇ ਸਾਹਮਣੇ ਰੱਖੀਏ, ਆਪੇ ਦੁੱਖਾਂ ਦੀਆਂ ਗਠਰੀਆਂ ਖੋਲ੍ਹ ਕੇ ਗੰਢਾਂ ਖੋਲ੍ਹ ਕੇ ਆਪਣੇ ਮਾਲਕ ਦੇ ਸਾਹਮਣੇ ਰੱਖੀਏ। ਅਤੇ ਅੱਲਾ ਪਾਕ ਵੀ ਬੜੇ ਪਿਆਰੇ ਅੰਦਾਜ਼ ਦੇ ਅੰਦਰ ਐਲਾਨ ਫਰਮਾਉਂਦੇ ਨੇ, ਅੱਧੀ ਰਾਤੀ ਰਹਿਮਤ ਰੱਬ ਦੀ, ਅੱਧੀ ਰਾਤੀ ਰਹਿਮਤ ਰੱਬ ਦੀ, ਅਤੇ ਕਰੇ ਬੁਲੰਦ ਆਵਾਜ਼ਾਂ, ਅੱਧੀ ਰਾਤੀ ਰਹਿਮਤ ਰੱਬ ਦੀ, ਅਤੇ ਕਰੇ ਬੁਲੰਦ ਆਵਾਜ਼ਾਂ, ਮੰਗਣ ਵਾਲੇ ਆਈ ਹਰ ਵੇਲੇ ਖੁੱਲ੍ਹਾ, ਮੇਰੀ ਰਹਿਮਤ ਦਾ ਦਰਵਾਜ਼ਾ, ਤੇਰੇ ਮੰਗਣ ਦੇ ਅੰਦਰ ਦੇਰ ਹੋ ਸਕਦੀ ਏ, ਤੇਰੇ ਝੋਲੀ ਫੈਲਾਉਣ ਅੰਦਰ ਦੇਰ ਹੋ ਸਕਦੀ ਏ, ਤੇਰੇ ਆਂਸੂ ਬਹਾਉਣ ਅੰਦਰ ਦੇਰ ਹੋ ਸਕਦੀ ਏ, ਲੇਕਿਨ ਅੱਲਾ ਪਾਕ ਦੇ ਦੇਣ ਅੰਦਰ ਦੇਰ ਨਹੀਂ ਹੋ ਸਕਦੀ। ਅੱਜ ਵੀ ਰੱਬ ਕਾਦਰ ਕਦੀਰ ਏ, ਅੱਜ ਵੀ ਰੱਬ ਰਹਿਮਾਨ ਰਹੀਮ ਅਰਹਮੁਰ ਰਾਹਿਮੀਨ ਏ। ਲਓ ਮੈਂ ਦੁਆ ਕਰਨਾ ਆਮੀਨ ਕਿਹਾ ਜੀ। ਅੱਲਾ ਸੋਹਣਿਆ ਸਾਨੂੰ ਮਾਸ਼ਾਅੱਲਾ ਲੰਬੀਆਂ ਲੰਬੀਆਂ ਰਾਤਾਂ ਨੇ, ਅੱਲਾ ਤਹੱਜਦ ਦੇ ਲੰਬੇ ਸਜਦੇ ਨਸੀਬ ਫਰਮਾ, ਅੱਲਾ ਸੋਹਣਿਆ ਤਹੱਜਦ ਦੀਆਂ ਦੋ ਰਕਤਾਂ ਨਸੀਬ ਫਰਮਾ। ਰੱਬ ਦਾ ਕੁਰਾਨ ਕਹਿ ਰਿਹਾ ਯਾ ਅਯੂਹ ਅਲਜ਼ੀਨਾ ਆਮਨੂ ਕੂ ਅਨਫੁਸਕੁਮ ਵਅਹਲੀਕੁਮ ਨਾਰਾ ਵਕੂਦੁਹਾ ਨਾਸੁ ਵਲਹਿਜਾਰਾ। ਸਭ ਤੋਂ ਪਹਿਲਾ ਕੰਮ ਇਹ ਕਰਨਾ ਹੈ, ਬੇਟਾ ਬੇਟੀ ਦਾ ਜਦੋਂ ਰਿਸ਼ਤਾ ਕਰਨਾ ਹੈ, ਨਿਕਾਹ ਕਰਨਾ ਹੈ, ਦੇਖਣਾ ਬੇਟਾ ਵੀ ਦੀਨਦਾਰ ਹੋਏ, ਬੇਟੀ ਵੀ ਦੀਨਦਾਰ ਹੋਏ, ਬੱਚੀ ਵਾਲੇ ਬੱਚੇ ਦੇ ਅਖਲਾਕ ਨੂੰ ਦੇਖਣ, ਬੱਚੇ ਵਾਲੇ ਬੱਚੀ ਦੇ ਅਖਲਾਕ ਨੂੰ ਵੇਖਣ, ਇਨਸ਼ਾਅੱਲਾ ਘਰ ਦੇ ਅੰਦਰ ਦੀਨੀ ਮਾਹੌਲ ਆ ਜਾਏਗਾ। ਔਰ ਦੂਸਰੀ ਗੱਲ ਇਹ ਵੇ ਕਿ ਘਰ ਦੇ ਅੰਦਰ ਇੱਕ ਦੂਸਰੇ ਨੂੰ ਨਮਾਜ਼ ਵਾਸਤੇ ਬਿਦਾਰ ਕਰਨ ਦਾ ਮਾਹੌਲ ਹੋਣਾ ਚਾਹੀਦਾ, ਘਰ ਦੇ ਅੰਦਰ ਮਾਹੌਲ ਹੋਣਾ ਚਾਹੀਦਾ। ਜੇ ਨਮਾਜ਼ ਮੀਆਂ ਨੂੰ ਭੁੱਲ ਗਈ ਹੈ ਤਾਂ ਭੁੱਲ ਬੀਵੀ ਉਹਨੂੰ ਯਾਦ ਕਰਵਾ ਦੇ, ਅੱਲਾ ਵਾਲਿਓ ਜ਼ੋਰ ਦਾ ਟਾਈਮ ਹੋ ਗਿਆ, ਅੱਲਾ ਵਾਲਿਓ ਅਸਰ ਦਾ ਟਾਈਮ ਹੋ ਗਿਆ। ਜੇ ਬੀਵੀ ਨੂੰ ਨਮਾਜ਼ ਭੁੱਲ ਗਈ ਹੈ, ਘਰ ਦੇ ਕੰਮ ਕਾਜ ਦੇ ਵਿੱਚ ਬੇਗਮ ਮਸਰੂਫ ਹੈ, ਬੱਚਿਆਂ ਦੇ ਮਾਮਲੇ ਦੇ ਅੰਦਰ ਕੰਮਾਂ ਕਾਰਾਂ 'ਚ ਮਸਰੂਫ ਹੈ, ਅਤੇ ਸ਼ੋਹਰ ਨੂੰ ਚਾਹੀਦਾ
ਬੇਗਮ ਨੂੰ ਕਵੇ ਅੱਲਾ ਵਾਲੀਏ ਅਸਰ ਦਾ ਟਾਈਮ ਹੋ ਗਿਆ, ਅੱਲਾ ਵਾਲੀਏ ਅਸਰ ਦਾ ਟਾਈਮ ਲੰਘਦਾ ਜਾਂਦਾ ਹੈ, ਸਾਰੇ ਕੰਮ ਛੱਡ ਦੇ, ਅੱਲਾ ਸਾਹਮਣੇ ਝੁੱਕ ਜਾ, ਅੱਲਾ ਬਾਗ ਦੇ ਸਾਹਮਣੇ ਗਿਰ ਜਾ। ਅੱਲਾ ਦੀ ਕਸਮੇ ਇੱਕ ਦੂਸਰੇ ਨੂੰ ਯਾਦ ਦਿਹਾਨੀ ਕਰਵਾਉਣੀ ਚਾਹੀਦੀ ਹੈ। ਇਹਦੇ ਅੰਦਰ ਅੱਲਾ ਪਾਕ ਨੇ ਬੜੀ ਬਰਕਤ ਰੱਖੀ ਹੈ, ਇਹਦੇ ਅੰਦਰ ਅੱਲਾ ਪਾਕ ਨੇ ਬੜੇ ਸਮਰਾਤ ਰੱਖੇ ਨੇ। ਲਓ ਮੈਂ ਦੁਆ ਕਰਨਾ ਆਮੀਨ ਕਿਹਾ ਜੀ। ਅੱਲਾ ਸੋਹਣਿਆ ਇੱਕ ਦੂਜੇ ਨੂੰ ਨਮਾਜ਼ ਦਾ ਵੀ ਯਾਦ ਕਰਾਉਣ ਦੀ ਸਾਨੂੰ ਅੱਲਾ ਤੌਫੀਕ ਅਤਾ ਫਰਮਾਵੇ। ਵੇਖੋ ਨਾ, ਅਸੀਂ ਯਾਦ ਕਰਾਉਂਦੇ ਹਾਂ ਅੱਜ ਅਸੀਂ ਲਾਹੌਰ ਜਾਣਾ ਹੈ, ਅੱਜ ਅਸੀਂ ਜਨਾਬ ਫਲਾਣੀ ਜਗ੍ਹਾ 'ਤੇ ਜਾਣਾ ਹੈ। ਬੇਗਮ ਵੀ ਸਵੇਰੇ ਸਵੇਰੇ ਉਠਾ ਦਿੰਦੀ ਹੈ ਅਤੇ ਸ਼ੌਹਰ ਵੀ ਰਾਤ ਨੂੰ ਕਹਿ ਕੇ ਸੌਂਦਾ ਕਿ ਅੱਲਾ ਵਾਲੀਏ ਮੈਨੂੰ ਟਾਈਮ ਨਾ ਉਠਾ ਦੀ, ਮੈਂ ਲਾਹੌਰ ਜਾਣਾ ਹੈ ਮਾਲ ਲੈਣ ਵਾਸਤੇ, ਮੈਂ ਇਸਲਾਮਾਬਾਦ ਜਾਣਾ ਹੈ ਮੀਟਿੰਗ ਵਾਸਤੇ। ਅੱਲਾਹੁ ਅਕਬਰ ਕਬੀਰਾ। ਮੀਟਿੰਗ ਯਾਦ ਹੈ, ਕਾਰੋਬਾਰ ਯਾਦ ਹੈ, ਦੁਕਾਨ ਯਾਦ ਹੈ, ਫੈਕਟਰੀ ਯਾਦ ਹੈ, ਟਾਈਮਿੰਗ ਯਾਦ ਹੈ, ਜੌਬ ਯਾਦ ਹੈ, ਲੇਕਿਨ ਨਮਾਜ਼ ਦੀ ਯਾਦ ਦਿਹਾਨੀ ਨਹੀਂ, ਨਮਾਜ਼ ਦੀ ਯਾਦ ਦਿਹਾਨੀ ਨਹੀਂ। ਜ਼ੁਹਰ ਦਾ ਟਾਈਮ ਹੋ ਜਾਏ, ਮਾਂ ਬੱਚਿਆਂ ਨੂੰ ਕਵੇ ਚਲੋ ਚਲੋ ਉਠੋ ਜ਼ੁਹਰ ਦੀ ਨਮਾਜ਼ ਪੜ੍ਹੋ। ਅਸਰ ਦਾ ਟਾਈਮ ਹੋ ਜਾਏ, ਮਾਂ ਬੱਚਿਆਂ ਨੂੰ ਕਵੇ ਉਠੋ ਉਠੋ ਅਸਰ ਦੀ ਨਮਾਜ਼ ਪੜ੍ਹੋ। ਇਹ ਮਗਰਬ ਦਾ ਟਾਈਮ ਹੋ ਜਾਏ, ਇਸ਼ਾ ਦਾ ਟਾਈਮ ਹੋ ਜਾਏ, ਫਜਰ ਦਾ ਟਾਈਮ ਹੋ ਜਾਏ। ਬਾਪ ਦੀ ਜ਼ਿੰਮੇਦਾਰੀ ਬਣਦੀ ਹੈ ਆਪਣੀ ਆਪਣੀ ਔਲਾਦ ਨੂੰ ਬੇਧਾਰ ਕਰੇ, ਆਪਣੀਆਂ ਬੇਟੀਆਂ ਨੂੰ ਬੇਧਾਰ ਕਰੇ, ਆਪਣੇ ਬੱਚਿਆਂ ਨੂੰ ਬੇਧਾਰ ਕਰੇ। ਮੈਂ ਹਦੀਸ਼ੇ ਪਾਕ ਦੇ ਅੰਦਰ ਫੜਿਆ, ਅਗਰ 7 ਸਾਲਾਂ ਤੋਂ ਵੱਡਾ ਬੱਚਾ ਜਾਂ 7 ਸਾਲਾਂ ਤੋਂ ਵੱਜੀ ਬੱਚੀ, ਬੇਟਾ ਜਾਂ ਬੇਟੀ ਅਗਰ ਫਜਰ ਦੇ ਟਾਈਮ ਨਹੀਂ ਉੱਠਦੇ, ਇੱਕ ਬੇਟਾ ਵੀ ਸੁੱਤਾ ਰਿਹਾ ਜਾਂ ਇੱਕ ਬੇਟੀ ਵੀ ਸੁੱਤੀ ਰਹੀ ਹੈ, ਨਬੀ ਪਾਕ ਅਲੈਹਿ ਸਲਾਮ ਫਰਮਾਉਂਦੇ ਨੇ ਉਸ ਇੱਕ ਬੱਚੇ ਦੀ ਵਜ੍ਹਾ ਤੋਂ ਪੂਰੇ ਘਰ 'ਤੇ ਨਹੁਸਤ ਹੈ, ਉਸ ਇੱਕ ਬੇਟੀ ਦੀ ਵਜ੍ਹਾ ਤੋਂ ਪੂਰੇ ਘਰ 'ਤੇ ਨਹੁਸਤ ਹੈ। ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਫਜਰ ਟਾਈਮ ਬੇਦਾਰ ਹੋਣਾ ਚਾਹੀਦਾ, ਹਰ ਬੱਚਾ ਘਰ ਦਾ ਬੇਦਾਰ ਹੋਣਾ ਚਾਹੀਦਾ, ਹਰ ਬੱਚੀ ਘਰ ਦੀ ਬੇਦਾਰ ਹੋਣੀ ਚਾਹੀਦੀ ਹੈ, ਇਹ ਘਰ ਦੇ ਅੰਦਰ ਔਰਤਾਂ ਬੇਦਾਰ ਹੋਣੀਆਂ ਚਾਹੀਦੀਆਂ ਨੇ। ਮੈਂ ਇੱਕ ਬੜਾ ਪਿਆਰਾ ਵਾਕਿਆ ਪੜ੍ਹਿਆ, ਸੁਭਾਨ ਅੱਲਾ ਸੁਭਾਨ ਅੱਲਾ। ਇੱਕ ਨਾ ਬੰਦਾ ਨਬੀ ਪਾਕ ਦੇ ਇੱਕ ਪਿਆਰੇ ਸਿਹਾਬੀ ਨੂੰ ਮਿਲਣ ਵਾਸਤੇ ਆਇਆ, ਅੱਲਾਹੁ ਅਕਬਰ ਕਬੀਰਾ। ਫਜਰ ਦੀ ਨਮਾਜ਼ ਗੁਜ਼ਰੀ ਹੈ ਅਤੇ ਥੋੜ੍ਹੀ ਦੇਰ ਇਸ਼ਰਾਕ ਦਾ ਟਾਈਮ ਗੁਜ਼ਰਿਆ ਅਤੇ ਆ ਕੇ ਅਤੇ ਦਰਵਾਜ਼ਾ ਖਟਖਟਾਇਆ, ਸੁਭਾਨ ਅੱਲਾ ਸੁਭਾਨ ਅੱਲਾ। ਫਰਮਾਉਂਦੇ ਨੇ ਮੈਂ ਬੜੇ ਆਰਾਮ ਨਾਲ ਦਰਵਾਜ਼ਾ ਖਟਖਟਾਇਆ, ਬੜੇ ਆਰਾਮ ਨਾਲ ਦਰਵਾਜ਼ਾ ਖਟਖਟਾਇਆ, ਕਿਤੇ ਘਰ ਵਾਲੇ ਸੁੱਤੇ ਨਾ ਹੋਣ, ਕਿਤੇ ਘਰ ਵਾਲੇ ਆਰਾਮ ਨਾ ਕਰ ਰਹੇ ਹੋਣ। ਫਜਰ ਦੀ ਨਮਾਜ਼ ਦਾ ਟਾਈਮ ਲੰਘਿਆ, ਇਸ਼ਰਾਕ ਦਾ ਟਾਈਮ ਗੁਜ਼ਰ ਗਿਆ, ਫਿਰ ਵੀ ਆ ਕੇ ਦਰਵਾਜ਼ਾ ਆਹਿਸਤਾ ਆਹਿਸਤਾ ਖੜਕਾ ਰਹੇ ਨੇ, ਕਿਤੇ ਘਰ ਵਾਲੇ ਆਰਾਮ ਨਾ ਕਰਦੇ ਹੋਣ। ਅਤੇ ਅੰਦਰੋਂ ਨਬੀ ਪਾਕ ਦਾ ਸਿਹਾਬੀ ਆਇਆ, ਸੁਭਾਨ ਅੱਲਾ ਸੁਭਾਨ ਅੱਲਾ। ਅਤੇ ਆ ਕੇ ਕਹਿੰਦੇ ਨੇ ਬੜੇ ਆਰਾਮ ਦੇ ਨਾਲ ਤੁਸੀਂ ਦਰਵਾਜ਼ਾ ਖੜਕਾ ਰਹੇ ਸੀ, ਖੈਰੀਏ ਸੀ? ਅਤੇ ਫਰਮਾਉਂਦੇ ਨੇ ਕਿ ਮੈਂ ਸੋਚਿਆ ਕਿ ਘਰ ਵਾਲੇ ਸੁੱਤੇ ਨਾ ਹੋਣ, ਘਰ ਵਾਲੇ ਆਰਾਮ ਨਾ ਕਰ ਰਹੇ ਹੋਣ, ਫਜਰ ਪੜ੍ਹ ਕੇ ਕਿਤੇ ਆਰਾਮ ਨਾ ਕਰ ਰਹੇ ਹੋਣ। ਅੱਲਾਹੁ ਅਕਬਰ ਕਬੀਰਾ। ਫੈਸਲਾਬਾਦੀਓ, ਸੋਨੇ ਦੇ ਪਾਣੀ ਨਾਲ ਜੁਮਲਾ ਲਿਖਣ ਵਾਲਾ ਤਵੱਜੋ ਮੇਰੇ ਵੱਲ। ਨਬੀ ਦਾ ਸਿਹਾਬੀ ਕਹਿੰਦਾ, ਨਬੀ ਦੀ ਹਦੀਸ ਦਾ ਇਮਾਮ ਕਹਿੰਦਾ ਕਿ ਇਹ ਕਿਵੇਂ ਹੋ ਸਕਦਾ ਕਿ ਮੁਸਲਮਾਨਾਂ ਦਾ ਘਰ ਹੋਵੇ ਅਤੇ ਫਜਰ ਦੇ ਟਾਈਮ ਅਤੇ ਫਜਰ ਤੋਂ ਬਾਅਦ ਵਿੱਚ ਟਾਈਮ ਇੱਕ ਮੁਸਲਮਾਨਾਂ ਦੇ ਘਰ ਵਾਲੇ ਸੁੱਤੇ ਰਹਿਣ? ਇਹ ਤਾਂ ਰੱਬ ਰੱਬ ਕਰਨ ਦਾ ਟਾਈਮ ਹੈ, ਇਹ ਤਾਂ ਕੁਰਾਨ ਦੀਆਂ ਤਿਲਾਵਤਾਂ ਕਰਨ ਦਾ ਟਾਈਮ ਹੈ, ਇਹ ਤਾਂ ਰੱਬ ਸਾਹਮਣੇ ਗਿੜੀਆ ਸਾਰੀ ਦਾ ਟਾਈਮ ਹੈ, ਇਹ ਤਾਂ ਨੂਰ ਵੇਲੇ ਦਾ ਟਾਈਮ ਹੈ, ਅੱਲਾ ਸਾਹਮਣੇ ਦੁਆਵਾਂ ਕਰਨ ਦਾ ਟਾਈਮ ਹੈ। ਇਹ ਕਿਵੇਂ ਹੋ ਸਕਦਾ ਮੁਸਲਮਾਨਾਂ ਦਾ ਘਰ ਹੋਵੇ ਅਤੇ ਘਰ ਵਾਲੇ ਸੁੱਤੇ ਹੋਣ, ਮੁਸਲਮਾਨਾਂ ਦਾ ਘਰ ਹੋਵੇ ਅਤੇ ਘਰ ਵਾਲੇ ਗਫਲਤ ਦੀ ਨੀਂਦ ਸੁੱਤੇ ਹੋਣ? ਇਹ ਨਹੀਂ ਹੋ ਸਕਦਾ। ਸੁਭਾਨ ਅੱਲਾ ਸੁਭਾਨ ਅੱਲਾ। ਲਓ ਮੈਂ ਦੁਆ ਕਰਨਾ ਆਮੀਨ ਆਖਿਆ ਜੀ। ਅੱਲਾ ਸੋਹਣਿਆ ਸਾਨੂੰ ਆਪਣੇ ਘਰਾਂ ਦੇ ਅੰਦਰ ਦੀਨੀ ਮਾਹੌਲ ਪੈਦਾ ਕਰਨ ਦੀ ਤੌਫੀਕ ਅਤਾ ਫਰਮਾ।
ਅੱਛਾ ਤੀਜਾ ਕੰਮ ਕੀ ਕਰਨਾ? ਆਈ ਅੱਲਾਹ ਪਾਕ ਨੇ ਕੁਰਾਨੇ ਪਾਕ ਅੰਦਰ ਕੀ ਫਰਮਾਇਆ? ਅੱਲਾਹ ਫਰਮਾ ਰਹੇ ਨੇ, ਅੱਲਾਹ ਪਾਕ ਨੇ ਕੁਰਾਨੇ ਪਾਕ ਅੰਦਰ ਫਰਮਾਇਆ, ਯਾ ਅਯੂ ਹਲਜ਼ੀਨਾ ਆਮਨੂ ਕੂ ਅਨਫੁਸਕੁਮ ਵਾ ਅਹਲੀਕੁਮ ਨਾਰਾ, ਓਏ ਆਪਣੇ ਆਪ ਨੂੰ ਵੀ ਜਹੰਨਮ ਤੋਂ ਬਚਾ ਲਓ। ਬੱਚਾ ਚੁੱਲ੍ਹੇ ਵੱਲ ਜਾ ਰਿਹਾ ਹੋਵੇ, ਬੱਚਾ ਅੱਗ ਵੱਲ ਜਾ ਰਿਹਾ ਹੋਵੇ, ਬੱਚਾ ਸਿਲੰਡਰ ਵੱਲ ਜਾ ਰਿਹਾ ਹੋਵੇ, ਬੱਚਾ ਹੀਟਰ ਵੱਲ ਜਾ ਰਿਹਾ ਹੋਵੇ, ਬੱਚਾ ਅੰਗੀਠੀ ਵੱਲ ਜਾ ਰਿਹਾ ਹੋਵੇ, ਫਟਾਫਟ ਮਾਂ ਫੜਦੀ ਏ, ਫਟਾਫਟ ਬਾਪ ਫੜਦਾ, ਕਿਤੇ ਮੇਰੇ ਬੇਟੇ ਦਾ ਹੱਥ ਨਾ ਜਲ ਜਾਏ, ਕਿਤੇ ਮੇਰੀ ਬੇਟੀ ਨਾ ਜਲ ਜਾਏ। ਔਰ ਮੇਰੇ ਵੀਰ, ਰੱਬ ਦਾ ਕੁਰਾਨ ਕਹਿੰਦਾ ਖੁਦ ਵੀ ਜਹੰਨਮ ਤੋਂ ਬਚ ਜਾਓ ਅਤੇ ਆਪਣੀਆਂ ਔਲਾਦਾਂ ਨੂੰ ਵੀ ਬਚਾ ਲਓ। ਅੱਲਾ ਅੱਲਾ, ਜੇ ਰੱਬ ਨੇ ਔਲਾਦ ਨਹੀਂ ਦਿੱਤੀ ਆਪਣੇ ਭਤੀਜੇ ਦੀ ਤਰਬੀਅਤ ਕਰ, ਜੇ ਰੱਬ ਨੇ ਔਲਾਦ ਨਹੀਂ ਦਿੱਤੀ ਆਪਣੀ ਭਾਂਜੀ ਦੀ ਤਰਬੀਅਤ ਕਰ, ਅੱਲਾ ਪਾਕ ਤੈਨੂੰ ਬੜਾ ਅਜਰ ਅਤਾ ਫਰਮਾਏਗਾ। ਨਬੀ ਪਾਕ ਅਲੈਹਿ ਸਲਾਤੂ ਵਸਲਾਮ ਨੇ ਫਰਮਾਇਆ ਆਪਣੀ ਔਲਾਦ ਵਾਸਤੇ ਤੀਜਾ ਕੰਮ ਕੀ ਕਰਨਾ? ਆਪਣੀ ਔਲਾਦ ਵਾਸਤੇ ਗਾਹੇ ਗਾਹੇ ਰੇ ਹਦਾਇਤ ਦੀ ਦੁਆ ਕਰਦੇ ਰਿਹਾ ਕਰੋ। ਹਰ ਦੁਆ ਦੇ ਅੰਦਰ ਆਪਣੀ ਔਲਾਦ ਨੂੰ ਯਾਦ ਰੱਖਿਆ ਕਰੋ। ਅੱਲਾ ਮੇਰੇ ਫਲਾਣੇ ਪੁੱਤ ਨੂੰ ਨਮਾਜ਼ੀ ਬਣਾ ਦੇ, ਅੱਲਾ ਮੇਰੀ ਫਲਾਣੀ ਧੀ ਨੂੰ ਪਰਦੇ ਦੀ ਤੌਫੀਕ ਅਤਾ ਕਰ ਦੇ, ਅੱਲਾ ਮੇਰੇ ਫਲਾਣੇ ਪੁੱਤ ਨੂੰ ਆਪਣੀ ਰਹਿਮਤ ਨਾਲ ਬਾ ਅਖਲਾਕ ਬਣਾ ਦੇ। ਮੈਂ ਇੱਕ ਬੜਾ ਪਿਆਰਾ ਵਾਕਿਆ ਪੜ੍ਹਿਆ ਸੀਯਰੁ ਆਲਾਮੀਨ ਨਬਲਾ ਦੇ ਅੰਦਰ, ਇਮਾਮੇ ਜ਼ਹਬੀ ਨੇ 18 ਜਿਲਦਾਂ ਦੇ ਅੰਦਰ ਕਿਤਾਬ ਲਿਖੀ ਹੈ ਔਰ ਅਰਬੀ ਦੇ ਅੰਦਰ ਬੈਰੂਤ ਤੋਂ ਛਪੀ ਹੈ। ਅਲਹਮਦੁਲਿਲਾ ਮੇਰੀ ਲਾਇਬ੍ਰੇਰੀ ਦੇ ਅੰਦਰ ਮੌਜੂਦ ਹੈ। ਇਮਾਮੇ ਜ਼ਹਬੀ ਰਹਿਮਤੁਲਾ ਅਲੈ ਨੇ ਬੜਾ ਪਿਆਰਾ ਵਾਕਿਆ ਲਿਖਿਆ, ਫਰਮਾਉਂਦੇ ਨੇ ਇਮਾਮੇ ਫੁਜ਼ੈਲ ਰਹਿਮਤੁਲਾ ਅਲੈ, ਅੱਲਾ ਨੇ ਇੱਕ ਬੇਟਾ ਦਿੱਤਾ, ਬੇਟੇ ਦਾ ਨਾਮ ਅਲੀ ਰੱਖਿਆ, ਮੁਹੰਮਦ ਅਲੀ ਰੱਖਿਆ, ਨਾਮ ਕਿੱਡਾ ਉੱਚਾ ਰੱਖਿਆ, ਲੇਕਿਨ ਬੇਟਾ ਨਮਾਜ਼ ਨਹੀਂ ਪੜ੍ਹਦਾ, ਬੇਟਾ ਬਦ ਅਖਲਾਕੀ ਕਰਦਾ, ਬੇਟਾ ਬਦਤਮੀਜ਼ੀ ਕਰਦਾ। ਹਾਏ ਮੇਰੇ ਅੱਲਾ, ਹਾਏ ਮੇਰੇ ਅੱਲਾ, ਬਾਪ ਰੱਬ ਦਾ ਵਲੀਏ ਅਤੇ ਬੇਟਾ ਕਿਹੋ ਜਿਹੇ ਕੰਮ ਕਰਦਾ। ਅੱਲਾ 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 ਅੱਲਾ, ਅੱਲਾ ਦੇ ਫੈਸਲੇ ਨੇ, ਅੱਲਾ ਦੇ ਫੈਸਲੇ ਨੇ। ਨੇਕ ਬਾਪ ਨੂੰ ਵੀ ਅੱਲਾ ਪਾ ਕਿਸੇ ਵੇਲੇ ਅਜ਼ਮਾਇਸ਼ ਵਿੱਚ ਪਾ ਦਿੰਦਾ। ਬਦਤਮੀਜ਼ ਔਲਾਦ ਮਿਲ ਗਈ, ਬੇਨਮਾਜ਼ ਔਲਾਦ ਮਿਲ ਗਈ। ਹਜ਼ਰਤ ਇਮਾਮੇ ਫੁਜ਼ੈਲ ਰਹਿਮਤੁਲਾ ਅਲੈ ਫਰਮਾਉਂਦੇ ਨੇ, ਮੈਂ ਤਹੱਜਦ ਦੇ ਟਾਈਮ ਉੱਠਦਾ ਅਤੇ ਮੈਂ ਆਪਣੇ ਅੱਲਾ ਪਾਕ ਦੇ ਸਾਹਮਣੇ ਗਿੜੀਆ ਜ਼ਾਰੀ ਕਰਦਾ, ਅੱਲਾਹੁਮਾ ਹਦੇ ਇਬਨੀ, ਅੱਲਾ ਮੇਰੇ ਪੁੱਤਰ ਨੂੰ ਹਦਾਇਤ ਦੇ ਦੇ, ਅੱਲਾ ਮੇਰੇ ਪੁੱਤਰ ਨੂੰ ਨਮਾਜ਼ੀ ਬਣਾ ਦੇ। ਇਮਾਮੇ ਫੁਜ਼ੈਲ ਰਹਿਮਤੁਲਾ ਅਲੈ ਫਰਮਾਉਂਦੇ ਨੇ, ਮੈਂ ਤਹੱਜਦ 'ਚ ਉੱਠ ਕੇ ਦੁਆਵਾਂ ਕਰਦਾ ਰਿਹਾ, ਫਜਰ ਦਾ ਟਾਈਮ ਹੁੰਦਾ ਮੈਂ ਆਪਣੇ ਪੁੱਤਰ ਨੂੰ ਉਠਾਉਂਦਾ, ਮੈਂ ਸਖਤੀ ਵੀ ਕਰਦਾ, ਮੈਂ ਪਿਆਰ ਵੀ ਕਰਦਾ, ਮੈਂ ਲਾਡ ਵੀ ਕਰਦਾ, ਮੈਂ ਸਖਤੀ ਵੀ ਕਰਦਾ, ਲੇਕਿਨ ਸ਼ੈਤਾਨ ਦੇ ਕਾਬੂ ਆ ਗਿਆ, ਸ਼ੈਤਾਨ ਦੇ ਹੱਥੇ ਚੜ ਗਿਆ। ਫਰਮਾਉਂਦੇ ਨੇ ਮੈਂ ਦੁਆ ਕਰਦਾ ਰਿਹਾ, ਤਰਬੀਅਤ ਕਰਦਾ ਰਿਹਾ, ਸਮਝਾਉਂਦਾ ਰਿਹਾ, ਡਾਂਟਦਾ ਰਿਹਾ, ਖਿੱਚਦਾ ਰਿਹਾ, ਧਰੂੰਦਾ ਰਿਹਾ, ਇਹਨੂੰ ਕਹਿੰਦਾ ਵੀ ਰਿਹਾ, ਹੁਕਮ ਵੀ ਦਿੰਦਾ ਰਿਹਾ, ਪਿਆਰ ਵੀ ਕਰਦਾ ਰਿਹਾ, ਖਰਚ ਵੀ ਕਰਦਾ ਰਿਹਾ, ਆਹਿਸਤਾ 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 ਆਹਿਸਤਾ। ਹਜ਼ਰਤ ਇਮਾਮੇ ਫੁਜ਼ੈਲ ਰਹਿਮਤੁਲਾ ਅਲੈ ਫਰਮਾਉਂਦੇ ਨੇ, ਮੇਰੇ ਬੇਟੇ ਦਾ ਦਿਲ ਅੱਲਾ ਪਾਕ ਨੇ ਪਲਟ ਦਿੱਤਾ, ਮੇਰੇ ਬੇਟੇ ਨੂੰ ਅੱਲਾ ਪਾਕ ਨੇ ਨਮਾਜ਼ੀ ਬਣਾ ਦਿੱਤਾ। ਹਜ਼ਰਤ ਇਮਾਮੇ ਸਾਹਬੀ ਰਹਿਮਤੁਲਾ ਅਲੈ ਫਰਮਾਉਂਦੇ ਨੇ, ਰੱਬ ਨੇ ਫਿਰ ਦਿਲ ਦੀ ਐਸੀ ਕਾਇਆ ਪਲਟੀਏ, ਰੱਬ ਨੇ ਅੱਲਾ ਪਾਕ ਨੇ ਦਿਲ ਦਾ ਐਸਾ ਨਕਸ਼ਾ ਬਦਲਿਆ। ਹਜ਼ਰਤ ਇਮਾਮੇ ਜ਼ਹਬੀ ਰਹਿਮਤੁਲਾ ਅਲੈ ਲਿਖਦੇ ਨੇ, ਹਜ਼ਰਤ ਇਮਾਮੇ ਫੁਜ਼ੈਲ ਦੇ ਬੇਟੇ ਅਲੀ ਨੂੰ ਅੱਲਾ ਪਾਕ ਨੇ ਦੀਨ ਦਾ ਇਮਾਮ ਬਣਾ ਦਿੱਤਾ ਏ, ਅੱਲਾ ਪਾਕ ਨੇ ਨਮਾਜ਼ੀ ਵੀ ਬਣਾ ਦਿੱਤਾ, ਅੱਲਾ ਪਾਕ ਨੇ ਬਾ ਅਖਲਾਕ ਵੀ ਬਣਾ ਦਿੱਤਾ, ਅੱਲਾ ਪਾਕ ਨੇ ਤਹੱਜੁਦ ਗੁਜ਼ਾਰ ਵੀ ਬਣਾ ਦਿੱਤਾ। ਔਰ ਬਜ਼ੁਰਗੋ, ਤੁਹਾਡੀਆਂ ਦੁਆਵਾਂ ਰਾਏਗਾ ਨਹੀਂ ਜੇ ਜਾਂਦੀਆਂ, ਇਹ ਨਾ ਕਿਹਾ ਕਰੋ ਕਾਰੀ ਸਾਹਿਬ ਮੈਂ ਤੇ ਆਪਣੀ ਧੀ ਵਾਸਤੇ ਦੁਆਵਾਂ ਕਰ ਕਰਕੇ ਥੱਕ
ਲੱਗੇ ਆ। ਅੰਮਾ ਜਾਨ ਇਹ ਤੈ ਨਾ ਕਿਆ ਕਰੋ ਕਾਰੀ ਸਾਹਿਬ, ਮੈਂ ਤੇ ਆਪਣੇ ਪੁੱਤਰਾਂ ਵਾਸਤੇ ਦੁਆ ਕਰ ਕਰਕੇ ਥੱਕ ਗਈ ਆ ਤੇ ਬੁੱਢੀ ਹੋ ਗਈ ਆ, ਮੇਰੇ ਵਾਲ ਸਫੈਦ ਹੋ ਗਏ ਨੇ ਕਾਰੀ ਸਾਹਿਬ, ਪਰ ਗੱਲ ਨਹੀਂ ਬਣਦੀ। ਨਾ ਨਾ, ਰੱਬ ਤੁਹਾਡੀ ਦੁਆਵਾਂ ਨੂੰ ਰਾਏਗਾ ਨਹੀਂ ਜੇ ਜਾਣਾ ਜਾਣ ਦੇਗਾ, ਅੱਲਾ ਪਾਕ ਤੁਹਾਡੀ ਕੰਢ ਨਹੀਂ ਜੇ ਲੱਗਣ ਦੇਗਾ। ਢਿੱਡੋਂ ਅੱਲਾ ਪਾਕ ਨੂੰ ਆਵਾਜ਼ ਮਾਰਦਿਆਂ ਰਹਿਣਾ ਹੈ, ਅੱਲਾ ਪਾਕ ਦਾ ਤਰਲਾ ਪਾਉਂਦਿਆਂ ਰਹਿਣਾ, ਅੱਲਾ ਪਾਕ ਦਾ ਬੂਆ ਖੜਕਾਉਂਦਿਆਂ ਰਹਿਣਾ ਤੇ ਆਪਣੀ ਔਲਾਦ ਨੂੰ ਡਾਂਟਦਿਆਂ ਰਹਿਣਾ, ਉਹਦੀ ਤਰਬੀਅਤ ਕਰਦਿਆਂ ਰਹਿਣਾ, ਉਹਨੂੰ ਕਹਿੰਦਿਆਂ ਰਹਿਣਾ। ਮੈਂ ਇੱਕ ਨਾ ਕਿਤਾਬ ਪੜ੍ਹ ਰਿਹਾ ਸੀ, ਉਹਦੇ ਅੰਦਰ ਇੱਕ ਮਿਸਾਲ ਵੀ ਲਿਖੀ ਹੋਈ ਸੀ। ਫਰਮਾਉਂਦੇ ਨੇ ਲਿਖਣ ਵਾਲਿਆਂ ਨੇ ਵੀ ਬੜੇ ਪਿਆਰੇ ਪਿਆਰੇ ਜੁਮਲੇ ਲਿਖ ਦਿੱਤੇ ਨੇ। ਫਰਮਾਉਂਦੇ ਨੇ ਕਤਰਾ ਕਤਰਾ ਵੀ ਅਗਰ ਡਿੱਗੇ ਨਾ ਤੇ ਪੱਥਰ ਦੇ ਵਿੱਚ ਵੀ ਸੁਰਾਖ ਹੋ ਜਾਂਦਾ। ਮਤਲਬ ਕੀ ਹੈ? ਤੁਸੀਂ ਕਹਿੰਦਿਆਂ ਰਹਿਣਾ, ਕਹਿੰਦਿਆਂ ਰਹਿਣਾ, ਕਹਿੰਦਿਆਂ ਰਹਿਣਾ, ਤੁਸੀਂ ਕਹਿਣਾ ਨਹੀਂ ਛੱਡਣਾ। ਅੱਛਾ, ਕਈ ਬਜ਼ੁਰਗ ਨਾ ਦਿਲ ਬਰਦਾਸ਼ਤਾ ਹੋ ਜਾਂਦੇ ਨੇ, ਕਈ ਮੇਰੇ ਬਜ਼ੁਰਗ ਨਾ ਦਿਲ ਹੌਲਾ ਕਰ ਜਾਂਦੇ ਨੇ। ਕਾਰੀ ਸਾਹਿਬ, ਮੈਂ ਤੇ ਕਿੰਨੀ ਵਾਰੀ ਸਮਝਾ ਕੇ ਵੇਖ ਲਿਆ ਕਾਰੀ ਸਾਹਿਬ, ਮੈਂ ਤੇ ਕਹਿ ਕੇ ਥੱਕ ਗਿਆ, ਮੈਂ ਤੇ ਹੁਣ ਕਹਿਣਾ ਹੀ ਛੱਡਦਾ। ਨਾ ਮੇਰੇ ਬਜ਼ੁਰਗੋ, ਤੁਸੀਂ ਕਹਿਣਾ ਨਹੀਂ ਛੱਡਣਾ, ਨਾ ਮੇਰੇ ਬਜ਼ੁਰਗੋ, ਤੁਸੀਂ ਤਰਬੀਅਤ ਕਰਨੀ ਨਹੀਂ ਛੱਡਣੀ, ਤੁਸੀਂ ਰੱਬ ਦਾ ਪੈਗਾਮ ਦੇਣਾ ਨਹੀਂ ਛੱਡਣਾ, ਤੁਸੀਂ ਨਸੀਹਤ ਕਰਨੀ ਨਹੀਂ ਛੱਡਣੀ। ਅੱਲਾ ਪਾਕ ਨੇ ਦਿਲ 'ਚ ਪਾਉਣੀ ਹੈ, ਦਿਲਾਂ ਦਾ ਅਖਤਿਆਰ ਮੇਰੇ ਅੱਲਾ ਪਾਕ ਦੇ ਕੋਲ ਹੈ, ਦਿਲਾਂ ਦਾ ਕੰਟਰੋਲ ਮੇਰੇ ਮਾਲਕ ਰੱਬੁਲ ਆਲਮੀਨ ਦੇ ਕੋਲ ਹੈ। ਹਜ਼ਰਤ ਇਮਾਮੇ ਫੁਜ਼ੈਲ ਫਰਮਾਉਂਦੇ ਨੇ, ਮੈਂ ਦੁਆ ਕਰਦਾ ਰਿਹਾ, ਦੁਆ ਕਰਦਾ ਰਿਹਾ, ਤਰਬੀਅਤ ਕਰਦਾ ਰਿਹਾ, ਕਹਿੰਦਾ ਰਿਹਾ, ਕਹਿੰਦਾ ਰਿਹਾ, ਕਹਿੰਦਾ ਰਿਹਾ, ਕਹਿਣਾ ਨਹੀਂ ਛੱਡਣਾ, ਕਹਿਣਾ ਨਹੀਂ ਛੱਡਣਾ। ਨਮਾਜ਼ ਦਾ ਕਹਿੰਦੇ ਰਹੋ, ਕੁਰਾਨ ਦਾ ਕਹਿੰਦੇ ਰਹੋ, ਅਜ਼ਕਾਰ ਦਾ ਕਹਿੰਦੇ ਰਹੋ, ਅੱਲਾ ਅੱਲਾ। ਮੈਂ ਇੱਕ ਨਾ ਹਦੀਸ਼ ਪਾਕ ਪੜ੍ਹੀਏ, ਜ਼ਰਾ ਬਹਾਰ ਪੈਦਾ ਕਰੋ। ਇਮਾਮੁਲ ਅੰਬੀਆ ਜਨਾਬੇ ਮੁਹੰਮਦ ਸੱਲੱਲਾਹੁ ਅਲੈਹੀ ਵਾਲੀ ਵਸੱਲਮ, ਸੁਬਹਾਨ ਅੱਲਾ, ਤਵੱਜੋ ਕਰਿਆ ਜੀ। ਨਬੀ ਪਾਕ ਅਲੈਹਿ ਸਲਾਮ ਨੇ ਫਰਮਾਇਆ, ਜਦੋਂ ਬੰਦਾ ਆਪਣੇ ਘਰ ਦੇ ਅੰਦਰ ਦਾਖਲ ਹੁੰਦਾ, ਕਹਿੰਦਾ ਬਿਸਮਿਲ੍ਲਾ, ਮਿਲ ਕੇ ਬੋਲੋ ਕੀ ਕਹਿੰਦਾ? ਬਿਸਮਿਲ੍ਲਾ। ਘਰ ਵੜਨ ਲੱਗਿਆਂ ਕਹਿੰਦਾ ਬਿਸਮਿਲ੍ਲਾ, ਘਰੋਂ ਨਿਕਲਣ ਲੱਗਿਆਂ ਕਹਿੰਦਾ ਬਿਸਮਿਲ੍ਲਾ, ਘਰ ਦਾਖਲ ਹੋਣ ਲੱਗਿਆਂ ਬਿਸਮਿਲ੍ਲਾ ਪੜ੍ਹ ਲੈਂਦਾ ਹੈ। ਅਤੇ ਨਬੀ ਪਾਕ ਫਰਮਾਉਂਦੇ ਨੇ, ਜਿੰਨੇ ਵੀ ਸ਼ਯਾਤੀਨ ਘਰ ਵਿੱਚ ਦਾਖਲ ਹੋਏ ਸਨ, ਜਿੰਨੇ ਵੀ ਜਿੰਨਾਤ ਘਰ ਦੇ ਵਿੱਚ ਦਾਖਲ ਹੋਏ ਸਨ, ਉਹ ਭਲਾ ਕੀ ਕਹਿੰਦੇ ਨੇ? ਇਹਨਾਂ ਨੇ ਬਿਸਮਿਲ੍ਲਾ ਪੜ੍ਹ ਲਈਏ, ਹੁਣ ਨਾ ਇੱਥੋਂ ਅਸੀਂ ਕੁਛ ਖਾ ਸਕਦੇ ਹਾਂ, ਨਾ ਇੱਥੇ ਅਸੀਂ ਰਾਤ ਰਹਿ ਸਕਦੇ ਹਾਂ, ਚਲੋ ਚਲੋ ਹੁਣ ਚੱਲੀਏ। ਨਬੀ ਪਾਕ ਫਰਮਾਉਂਦੇ ਨੇ, ਇਹਨਾਂ ਨੇ ਘਰ ਵੜ ਲੱਗਿਆਂ ਵੀ ਬਿਸਮਿਲ੍ਲਾ ਪੜ੍ਹ ਲਈ, ਘਰੋਂ ਨਿਕਲ ਲੱਗਿਆਂ ਵੀ ਬਿਸਮਿਲ੍ਲਾ ਪੜ੍ਹ ਲਈ, ਖਾਣਾ ਖਾਣ ਤੋਂ ਪਹਿਲੇ ਵੀ ਬਿਸਮਿਲ੍ਲਾ ਪੜ੍ਹ ਲਈ, ਹਰ ਹਰ ਬੇਟੇ ਨੇ ਬਿਸਮਿਲ੍ਲਾ ਪੜ੍ਹ ਲਈ, ਘਰ ਦੇ ਹਰ ਫਰਦ ਨੇ ਬਿਸਮਿਲ੍ਲਾ ਪੜ੍ਹ ਲਈ। ਨਬੀ ਪਾਕ ਫਰਮਾਉਂਦੇ ਨੇ, ਸ਼ਯਾਤੀਨ ਉੱਥੋਂ ਨਿਕਲ ਜਾਂਦੇ ਨੇ। ਆਪਣੇ ਖਾਣਾ ਖਾਣ ਤੋਂ ਪਹਿਲੇ ਆਪਣੇ ਪੁੱਤਰਾਂ ਨੂੰ ਪੁੱਛਿਆ ਕਰੋ, ਬੇਟਾ ਬਿਸਮਿਲ੍ਲਾ ਪੜ੍ਹੀਏ ਕਿ ਨਹੀਂ, ਚਲੋ ਪੜ੍ਹੋ ਬਿਸਮਿਲ੍ਲਾ। ਆਪਣੀਆਂ ਧੀਆਂ ਨੂੰ ਪੁੱਛਿਆ ਕਰੋ, ਬੇਟਾ ਬਿਸਮਿਲ੍ਲਾ ਪੜ੍ਹੀਏ ਕਿ ਨਹੀਂ, ਚਲੋ ਪੜ੍ਹੋ ਬਿਸਮਿਲ੍ਲਾ। ਬੇਗਮ ਨੂੰ ਪੁੱਛਿਆ ਕਰੋ, ਬੇਗਮ ਬਿਸਮਿਲ੍ਲਾ ਪੜ੍ਹੀਏ ਕਿ ਨਹੀਂ, ਪੜ੍ਹੋ ਬਿਸਮਿਲ੍ਲਾ। ਆਪ ਵੀ ਬੇਗਮ ਨੂੰ ਚਾਹੀਦਾ ਹੈ, ਸ਼ੋਹਰ ਨੂੰ ਪੁੱਛੇ ਬਿਸਮਿਲ੍ਲਾ ਪੜ੍ਹੀਏ ਕਿ ਨਹੀਂ। ਅੱਲਾਹੁ ਅਕਬਰ ਕਬੀਰਾ, ਓਏ ਬਿਸਮਿਲ੍ਲਾ ਦੀ ਬੜੀ ਤਾਕਤ ਹੈ, ਬਿਸਮਿਲ੍ਲਾ ਦੀ ਬੜੀ ਪਾਵਰ ਹੈ, ਬਿਸਮਿਲ੍ਲਾ 'ਚ ਬੜੀ ਅੱਲਾ ਪਾਕ ਨੇ ਰੂਹਾਨੀਅਤ ਔਰ ਬੜੀ ਪਾਵਰ ਰੱਖ ਦਿੱਤੀ ਹੈ। ਲਓ ਦੁਆ ਕਰੋ, ਹਾਂ ਅੱਲਾ ਸੋਹਣਿਆ ਸਾਨੂੰ ਆਪਣੀ ਜ਼ਿੰਦਗੀ ਅੰਦਰ ਬਿਸਮਿਲ੍ਲਾ ਬਾਰ ਬਾਰ ਪੜ੍ਹਨ ਦੀ ਵੀ ਤੌਫੀਕ ਅਤਾ ਫਰਮਾਏ। ਨਬੀ ਪਾਕ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ, ਜਿਹੜਾ ਬੰਦਾ ਰਾਤ ਨੂੰ ਸੌਣ ਤੋਂ ਪਹਿਲਾਂ ਪੜ੍ਹ ਲੈਂਦਾ ਅੱਲਾਹੁਮਾ ਬਿਸਮਿਕਾ ਅਮੂਤੁ ਵਅਹਯਾ, ਸੁਭਾਨ ਅੱਲਾ, ਐ ਰਾਤ ਨੂੰ ਸੌਣ ਲੱਗਿਆਂ ਬੱਚਿਆਂ ਨੂੰ ਕਰੀਬ ਕਰਿਆ ਕਰੋ, ਪਿਆਰ ਕਰਿਆ ਕਰੋ, ਲਾਡ ਕਰਿਆ ਕਰੋ, ਮੁਹੱਬਤ ਕਰਿਆ ਕਰੋ, ਅਤੇ ਸਾਰਿਆਂ ਨੂੰ ਪੁੱਛਿਆ ਕਰੋ, ਬੇਟਾ ਤੁਸੀਂ ਸੌਣ ਤੋਂ ਪਹਿਲਾਂ ਦੁਆ ਪੜ੍ਹੀਏ ਕਿ ਨਹੀਂ ਪੜ੍ਹੀ? ਮੇਰੇ ਵੀਰ, ਆਪਣੇ ਘਰ ਦੇ ਅੰਦਰ ਦੁਆਵਾਂ ਦਾ ਇਹਤਮਾਮ ਕਰੋ। ਆਪਣੀ ਬੇਟੀ ਨੂੰ ਪੁੱਛੋ, ਬੇਟਾ ਤੂੰ ਪੜ੍ਹੀਏ ਬਿਸਮਿਲ੍ਲਾ, ਅੱਲਾਹੁਮਾ ਬਿਸਮਿਕਾ ਅਮੂਤੁ ਵਅਹਯਾ। ਅਗਰ ਬੱਚਾ ਨੀਂਦ ਨਹੀਂ ਆ
ਆ ਰਹੀ, ਬੱਚੇ ਨੂੰ ਨੀਂਦ ਨਹੀਂ ਆ ਰਹੀ, ਬੱਚਾ ਡਰ ਰਿਹਾ, ਬੇਟੀ ਡਰ ਰਹੀ ਹੈ। ਨਬੀ ਪਾਕ ਨੇ ਨਾ ਇੱਥੇ ਵੀ ਇੱਕ ਦੁਆ ਸਿਖਾਈ ਹੈ। ਜਿਹੜੇ ਲੋਕ ਕਹਿੰਦੇ ਨਾ ਕਾਰੀ ਸਾਹਿਬ ਮੇਰਾ ਬੇਟਾ ਰਾਤ ਨੂੰ ਡਰ ਜਾਂਦਾ, ਮੇਰੀ ਬੇਟੀ ਨਾ ਰਾਤ ਨੂੰ ਤਪਕ ਜਾਂਦੀ ਹੈ, ਅਤੇ ਕਾਰੀ ਸਾਹਿਬ ਬੱਚਾ ਜਲਦੀ ਸੌਂਦਾ ਨਹੀਂ ਹੈ, ਮੈਂ ਬੜੀ ਕੋਸ਼ਿਸ਼ ਕਰਨਾ ਜਲਦੀ ਸੋ ਜਾਂ, ਲੇਕਿਨ ਬੱਚਿਆਂ ਦੀ ਵਜ੍ਹਾ ਤੋਂ ਮੈਂ ਲੇਟ ਸੌਂਦਾ, ਇਸ ਕਰਕੇ ਮੇਰੀ ਫਜਰ ਲੇਟ ਹੋ ਜਾਂਦੀ ਹੈ। ਉਹ ਅੱਲਾ ਦੇ ਬੰਦੇ, ਉਹ ਨਬੀ ਪਾਕ ਨੇ ਦੁਆ ਦੱਸੀ ਹੈ, ਇਹ ਦੁਆ ਖੁਦ ਵੀ ਪੜਿਆ ਕਰੋ, ਆਪਣੇ ਬੱਚਿਆਂ ਨੂੰ ਵੀ ਸਿਖਾਇਆ ਕਰੋ। ਨਬੀ ਪਾਕ ਨੇ ਫਰਮਾਇਆ, ਅਗਰ ਕੋਈ ਡਰਾਉਣਾ ਖਾਬ ਵੇਖ ਕੇ ਤੁਸੀਂ ਅਚਾਨਕ ਉੱਠ ਜਾਓ, ਜਾਂ ਬੱਚਾ ਨਹੀਂ ਸੋ ਰਿਹਾ, ਜਾਂ ਨੀਂਦ ਨਹੀਂ ਆ ਰਹੀ, ਤੇ ਤੁਸੀਂ ਇਹ ਦੁਆ ਪੜੋ ਵੀ ਤੇ ਆਪਣੇ ਬੱਚਿਆਂ ਨੂੰ ਪੜਾਓ ਵੀ। ਅੱਲਾਹੁਮਮਾ ਗਾਰਤਿਨ ਨੁਜੂਮ ਵਹਦਾਅਤਿਲ ਉਯੂਨ ਅੰਤਾ ਹਯੂਲ ਕਯੂਮ ਲਾ ਤਾਖੁਜ਼ੁਕਾ ਸਿਨਤੁਨ ਵਲਾ ਨੌਮ ਅਹਦੀ ਲੈਲੀ ਵਅਨਿਮ ਅਈਨੀ। ਇਹਦਾ ਤਰਜਮਾ ਕਿਤੋ, ਤਰਜਮੇ ਵੱਲ ਗੌਰ ਕਰਿਓ, ਕਿੱਡੀ ਪਿਆਰੀ ਦੁਆ ਹੈ। ਅੱਲਾਹੁਮਮਾ ਗਾਰਤਿਨ ਨੁਜੂਮ, ਅੱਲਾ ਸੋਹਣਿਆ ਸਿਤਾਰਿਆਂ ਨੂੰ ਡਬੋਣ ਵਾਲਿਆ, ਹੈ ਸਿਤਾਰੇ ਤਲੂ ਵੀ ਹੁੰਦੇ ਨੇ ਤੇ ਸਿਤਾਰੇ ਡੁੱਬ ਵੀ ਜਾਂਦੇ, ਯਾਨੀ ਦਿਨ ਚੜ੍ਹ ਜਾਂਦਾ। ਅੱਲਾ ਸੋਹਣਿਆ ਰਾਤ ਤੋਂ ਹਨੇਰਾ ਕਰਨਾ, ਹਨੇਰੇ ਤੋਂ ਦਿਨ ਚਾੜ ਦੇਣਾ, ਦਿਨ ਤੋਂ ਹਨੇਰਾ ਕਰ ਦੇਣਾ, ਹਨੇਰੇ ਤੋਂ ਫਿਰ ਦਿਨ ਚਾੜ ਦੇਣਾ। ਅੱਲਾ ਸੋਹਣਿਆ ਇਹ ਤੇਰੇ ਹੱਥ ਦੇ ਅੰਦਰ ਏ। ਅੱਲਾਹੁਮਮਾ ਗਾਰਤਿਨ ਨੁਜੂਮ ਵਹਦਾਅਤਿਲ ਉਯੂਨ, ਅੱਲਾ ਤੂੰ ਅੱਖਾਂ ਦੀ ਵੀ ਰਹਿਨਮਾਈ ਕਰਨਾ। ਅੰਤਾ ਹਯੂਲ ਕਯੂਮ, ਤੂੰ ਹਮੇਸ਼ਾ ਤੋਂ ਜ਼ਿੰਦਾ ਤੇ ਹਮੇਸ਼ਾ ਜ਼ਿੰਦਾ ਰਹਿਣ ਵਾਲਾ ਹੈ। ਅੱਲਾ ਸੋਹਣਿਆ ਤੂੰ ਹਮੇਸ਼ਾ ਤੋਂ ਸੰਭਲਿਆ ਤੇ ਹਮੇਸ਼ਾ ਸੰਭਾਲਣ ਵਾਲਾ ਹੈ। ਅੰਤਾ ਹਯੂਲ ਕਯੂਮ ਲਾ ਤਾਖੁਜ਼ੁਕ ਸਿਨਤੁਨ ਵਲਾ ਨੌਮ, ਅੱਲਾ ਨਾ ਤੈਨੂੰ ਨੀਂਦ ਆਉਂਦੀ ਏ ਨਾ ਤੈਨੂੰ ਊਂਘ ਆਉਂਦੀ ਏ। ਅਹਦੀ ਲੈਲੀ ਵਅਨਿਮ ਅਈਨੀ, ਅੱਲਾ ਮੇਰੀ ਰਾਤ ਬਿਹਤਰ ਕਰ ਦੇ ਤੇ ਮੇਰੀਆਂ ਅੱਖਾਂ ਨੂੰ ਨੀਂਦ ਅਤਾ ਕਰ ਦੇ। ਨਬੀ ਪਾਕ ਨੇ ਫਰਮਾਇਆ, ਅਗਰ ਬੱਚੇ ਨੂੰ ਨੀਂਦ ਨਾ ਆਵੇ, ਬੱਚੀ ਨੂੰ ਨੀਂਦ ਨਾ ਆਵੇ, ਤੁਹਾਨੂੰ ਨੀਂਦ ਨਾ ਆਵੇ, ਉਹ ਨੀਂਦ ਦੀਆਂ ਗੋਲੀਆਂ ਖਾਣ ਵਾਲਿਓ। ਨਬੀ ਪਾਕ ਨੇ ਬੜਾ ਪਿਆਰਾ ਨੁਸਖਾ ਬਿਆਨ ਫਰਮਾਇਆ। ਇਹ ਜਿਹੜਾ ਬੰਦਾ ਕਹਿੰਦਾ ਮੈਂ ਕਾਰੀ ਸਾਹਿਬ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਮੈਂ ਕਾਰੀ ਸਾਹਿਬ ਜਾਗਦਾ ਹੀ ਰਹਿੰਦਾ, ਪਾਸੇ ਹੀ ਮਾਰਦਾ ਰਹਿੰਦਾ, ਕਰਵਟਾਂ ਬਦਲਦਾ ਰਹਿੰਦਾ। ਨਬੀ ਪਾਕ ਨੇ ਫਰਮਾਇਆ, ਇਹ ਦੁਆ ਪੜੋ, ਅੱਲਾ ਪਾਕ ਤੁਹਾਨੂੰ ਬਿਹਤਰੀਨ ਨੀਂਦ ਅਤਾ ਫਰਮਾਏਗਾ। ਘਰ ਦੇ ਅੰਦਰ ਦੁਆਵਾਂ ਦਾ ਇਹਤਮਾਮ ਕਰੋ, ਬਿਸਮਿਲਾ ਦਾ ਇਹਤਮਾਮ ਕਰੋ, ਘਰ ਦਾਖਲ ਹੋਣ ਲੱਗਿਆਂ ਸਲਾਮ ਦਾ ਇਹਤਮਾਮ ਕਰੋ, ਘਰ ਨਿਕਲਣ ਲੱਗਿਆਂ ਸਲਾਮ ਦਾ ਇਹਤਮਾਮ ਕਰੋ, ਖਾਣਾ ਖਾਣ ਲੱਗਿਆਂ ਬਿਸਮਿਲਾ ਦਾ ਇਹਤਮਾਮ ਕਰੋ, ਸੌਣ ਲੱਗਿਆਂ ਸੌਣ ਦੀਆਂ ਦੁਆਵਾਂ ਪੜ੍ਹ ਕੇ ਸੌਵੋ, ਆਪਣੇ ਬੱਚਿਆਂ ਨੂੰ ਦੁਆਵਾਂ ਪੜ੍ਹਾਇਆ ਕਰੋ। ਘਰੋਂ ਨਿਕਲਣ ਲੱਗਿਆਂ ਨਾ ਤੁਸੀਂ ਮਾਸ਼ਾਅੱਲਾ ਸ਼ਾਪਿੰਗ ਕਰਨ ਚੱਲੇ ਹੋ, ਬੱਚਿਆਂ ਨੂੰ ਸਕੂਲ ਛੱਡਣ ਚੱਲੇ ਹੋ, ਅਕੈਡਮੀ ਬੇਟੀ ਨੂੰ ਛੱਡਣ ਚੱਲੇ ਹੋ, ਜਾਂ ਕਿਸੇ ਵੀ ਮਾਮਲੇ 'ਚ ਬੱਚਿਆਂ ਦੇ ਨਾਲ ਬਾਹਰ ਚੱਲੇ ਹੋ ਨਾ, ਤੇ ਆਪ ਵੀ ਦੁਆ ਪੜੋ ਤੇ ਨਾਲ ਬੱਚਿਆਂ ਨੂੰ ਵੀ ਕਹੋ ਬੇਟਾ ਆਪ ਹੀ ਮੇਰੇ ਸਾਥ ਸਾਥ ਪੜ੍ਹੇ। ਕਿਆ ਇਹ ਦੁਆ ਜਿਹੜੀ ਨਾ ਬਹੁਤ ਪਿਆਰੀ ਦੁਆ ਹੈ। ਨਬੀ ਪਾਕ ਨੇ ਫਰਮਾਇਆ ਜਦੋਂ ਘਰੋਂ ਨਿਕਲਿਆ ਕਰੋ ਤੇ ਪੜਿਆ ਕਰੋ ਬਿਸਮਿਲ੍ਲਾਹਿ ਤਵੱਕਲਤੁ ਅਲੱਲਾਹ। ਉਹ ਬੇਟਾ ਸਕੂਲ ਜਾ ਰਿਹਾ, ਹਿਫਾਜ਼ਤਾਂ ਅੱਲਾ ਪਾਕ ਦੀਆਂ ਨੇ। ਉਹ ਬੇਟੀ ਕਾਲਜ ਜਾ ਰਹੀ ਹੈ, ਹਿਫਾਜ਼ਤਾਂ ਅੱਲਾ ਪਾਕ ਦੀਆਂ ਨੇ, ਅੱਲਾ ਦੀ ਸਪੁਰਦ, ਅੱਲਾ ਦੀ ਅਮਾਨ। ਇਹ ਦੁਆ ਬੱਚਿਆਂ ਨੂੰ ਪੜ੍ਹਾ ਕੇ, ਬੀਬੀਆਂ ਭੈਣਾਂ ਤਵੱਜੋ ਕਰਿਆ, ਜੇ ਪਰਦੇ ਅੰਦਰ ਮਾਵਾਂ ਭੈਣਾਂ ਤਸ਼ਰੀਫ ਫਰਮਾ ਨੇ, ਬੇਟਾ ਸਕੂਲ ਜਾਏ ਜਾਣ ਤੋਂ ਪਹਿਲੇ ਇਹ ਦੁਆ ਪੜ੍ਹਾ ਕੇ ਘੱਲਿਆ ਕਰੋ। ਬੇਟੀ ਸਕੂਲ ਜਾਏ, ਮਦਰਸੇ ਜਾਏ, ਜਾਂ ਘਰੋਂ ਬਾਹਰ ਜਿਸ ਤਰ੍ਹਾਂ ਵੀ ਜਾਏ, ਇਹ ਦੁਆ ਪੜ੍ਹ ਕੇ ਉਹਨੂੰ ਘਰੋਂ ਬਾਹਰ ਘੱਲਿਆ ਕਰੋ। ਹਾਲਾਤ ਬਿਲਕੁਲ ਸਾਜ਼ਗਾਰ ਨਹੀਂ ਜੇ। ਨਬੀ ਪਾਕ ਨੇ ਫਰਮਾਇਆ ਘਰੋਂ ਨਿਕਲਣ ਲੱਗਿਆ ਖੁਦ ਵੀ ਦੁਆ ਪੜ੍ਹੋ, ਬੱਚਿਆਂ ਨੂੰ ਵੀ ਪੜ੍ਹਾਓ। ਬਿਸਮਿਲ੍ਲਾਹਿ ਤਵੱਕਲਤੁ ਅਲੱਲਾਹ।
ਅੱਲਾ। ਮੈਂ ਘਰੋਂ ਨਿਕਲ ਲੱਗਾ ਅੱਲਾ ਦੇ ਨਾਮ ਦੇ ਨਾਲ, ਅੱਲਾ 'ਤੇ ਭਰੋਸਾ ਕਰਦਿਆਂ ਹੋਇਆ ਮੈਂ ਦੁਕਾਨ 'ਤੇ ਚੱਲਾਂ, ਮੈਂ ਫੈਕਟਰੀ ਚੱਲਾਂ, ਮੈਂ ਰੇਹੜੀ 'ਤੇ ਚੱਲਾਂ, ਮੈਂ ਰਕਸ਼ਾ ਚਲਾਉਣ ਚੱਲਾਂ। ਅੱਲਾ ਸੋਹਣਿਆ ਮੈਂ ਤੇਰੇ ਭਰੋਸੇ ਹੀ ਚੱਲਾਂ, ਰੋਜ਼ੀ ਤੂੰ ਦੇਣੀ ਹੈ, ਰਿਜ਼ਕ ਤੂੰ ਦੇਣਾ, ਮਾਲਕਾ ਰਜ਼ਾਕ ਵੀ ਤੂੰ ਏ, ਰਾਜ਼ਕ ਵੀ ਤੂੰ ਏ। ਅੱਲਾ ਰਿਜ਼ਕ ਦੇ ਖਜ਼ਾਨੇ ਤੇਰੇ ਹੱਥ ਦੇ ਅੰਦਰ ਨੇ, ਅੱਲਾ ਸੋਹਣਿਆ ਤਕਸੀਮਾਂ ਤੂੰ ਕਰਨਾ, ਦੇਣਾ ਤੂੰ ਏ। ਅੱਲਾ ਸੋਹਣਿਆ ਮੈਨੂੰ ਆਪਣੀਆਂ ਰਹਿਮਤਾਂ ਦੇ ਨਾਲ ਬਰਕਤਾਂ ਅਤਾ ਫਰਮਾ ਦੇ। ਬਿਸਮਿਲ੍ਲਾਹ ਤਵੱਕਲ ਤੋ ਅੱਲਾ ਲਾ ਹੌਲਾ ਵਲਾ ਕੁਵਤ ਇਲਾ ਬਿੱਲਾ। ਅੱਲਾ ਸੋਹਣਿਆ ਨੇਕੀ ਦੀ ਤਾਕਤ ਵੀ ਤੂੰ ਦੇਣੀ ਏ, ਬੁਰਾਈ ਤੋਂ ਬਚਣ ਦੀ ਹਿੰਮਤ ਵੀ ਤੂੰ ਦੇਣੀ ਏ। ਘਰੋਂ ਬਾਹਰ ਚੱਲਾਂ ਅਗਰ ਕੋਈ ਚੰਗਾ ਕੰਮ ਹੋਣਾ ਤਾਂ ਤੇਰੀ ਰਹਿਮਤ ਨਾਲ, ਅਗਰ ਕੋਈ ਬੁਰਾਈ ਤੋਂ ਬਚਣਾ ਤਾਂ ਤੇਰੀ ਰਹਿਮਤ ਨਾਲ। ਅੱਲਾ ਦੇ ਖਾਤੇ ਪਾ ਦਿਓ, ਅੱਲਾ ਦੀ ਝੋਲੀ 'ਚ ਪਾ ਦਿਓ। ਨਬੀ ਪਾਕ ਨੇ ਫਰਮਾਇਆ ਜਿਹੜਾ ਬੰਦਾ ਘਰੋਂ ਨਿਕਲਣ ਲੱਗਿਆ ਦੁਆ ਪੜ੍ਹ ਲੈਂਦਾ, ਆਪ ਅਲੀ ਸਲਾਮ ਫਰਮਾਉਂਦੇ ਨੇ ਫਰਿਸ਼ਤਿਆਂ ਵੱਲੋਂ ਤਿੰਨ ਐਲਾਨ ਕੀਤੇ ਜਾਂਦੇ ਨੇ, ਅੱਲਾ ਪਾਕ ਵੱਲੋਂ ਤਿੰਨ ਐਲਾਨ ਕੀਤੇ ਜਾਂਦੇ ਨੇ, ਹੁਦੀਤਾ ਮੁਫੀਤਾ ਮੁਫੀਤਾ। ਨਬੀ ਪਾਕ ਫਰਮਾਉਂਦੇ ਨੇ ਪਹਿਲਾ ਐਲਾਨ ਹੁੰਦਾ ਉਹ ਜਿੱਧਰ ਜਾ ਰਿਹਾ ਅੱਲਾ ਤੇਰੀ ਖੈਰ ਕਰੇ, ਆਏ ਹਾਏ ਸੁਭਾਨ ਅੱਲਾ, ਜਿੱਧਰ ਜਾ ਰਿਹਾ ਅੱਲਾ ਤੈਨੂੰ ਖੈਰ ਪਾ ਦੇ, ਉਹ ਜਿੱਧਰ ਜਾ ਰਿਹਾ ਅੱਲਾ ਤੇਰੀਆਂ ਹਿਫਾਜ਼ਤਾਂ ਫਰਮਾਏ, ਉਹ ਜਿੱਧਰ ਜਾ ਰਿਹਾ ਅੱਲਾ ਪਾਕ ਤੈਨੂੰ ਆਪਣੀਆਂ ਰਹਿਮਤਾਂ 'ਚ ਰੱਖੇ। ਅੱਲਾ ਹਿਫਾਜ਼ਤ ਵੀ ਕਰਦਾ ਜੇ, ਅੱਲਾ ਰਹਿਮਤ ਵੀ ਕਰਦਾ ਜੇ, ਅੱਲਾ ਬਰਕਤਾਂ ਵੀ ਦਿੰਦਾ ਜੇ। ਖੁਦ ਵੀ ਦੁਆ ਪੜ੍ਹ ਕੇ ਘਰੋਂ ਨਿਕਲਿਆ ਕਰੋ, ਆਪਣੇ ਬੱਚਿਆਂ ਨੂੰ ਵੀ ਦੁਆ ਪੜ੍ਹਾ ਕੇ ਘਰੋਂ ਘੱਲਿਆ ਕਰੋ। ਅੱਲਾਹੁ ਅਕਬਰ ਕਬੀ, ਜ਼ਰਾ ਬਹਾਰ ਪੈਦਾ ਕਰੋ ਇਮਾਮੁਲ ਅੰਬੀਆ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ। ਮੇਰੇ ਪਿਆਰੇ ਭਾਈਓ, ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਕੀਤੀ, ਸ਼ਾਦੀ ਕਰਨ ਤੋਂ ਪਹਿਲੇ ਲੜਕੇ ਦਾ ਅਖਲਾਕ ਵੇਖੋ, ਲੜਕੀ ਦਾ ਅਖਲਾਕ ਵੇਖੋ। ਜਦੋਂ ਮੀਆਂ ਬੀਵੀ ਨੇਕ ਹੋਣਗੇ, ਮਾਂ ਬਾਪ ਨੇਕ ਹੋਣਗੇ, ਔਲਾਦ ਵੀ ਨੇਕ ਹੋਏਗੀ। ਜਦੋਂ ਮਾਂ ਬਦਤਮੀਜ਼ ਏ, ਬਾਪ ਬਦਤਮੀਜ਼ ਏ, ਬਾਪ ਗਾਲਾਂ ਕੱਢਦਾ ਤੇ ਘਰ ਦੇ ਅੰਦਰ ਇਸਲਾਮੀ ਮਾਹੌਲ ਨਹੀਂ ਆ ਸਕਦਾ। ਜਦੋਂ ਬਾਪ ਵੀ ਲਵ ਸਟੋਰੀਆਂ ਦੇਖ ਰਿਹਾ ਹੈ, ਮਾਂ ਵੀ ਲਵ ਸਟੋਰੀਆਂ ਦੇਖ ਰਹੀ ਹੈ, ਤੇ ਘਰ 'ਚ ਇਸਲਾਮੀ ਮਾਹੌਲ ਨਹੀਂ ਆ ਸਕਦਾ। ਮੇਰੇ ਪਿਆਰੇ ਭਾਈਓ, ਇਸਲਾਮੀ ਮਾਹੌਲ ਦੀ ਸਭ ਤੋਂ ਪਹਿਲੀ ਗਿਰਾ ਏਵੇ, ਸਭ ਤੋਂ ਪਹਿਲੀ ਬੁਨਿਆਦ ਏਵੇ, ਬੇਟਾ ਔਰ ਬੇਟੇ ਦਾ ਬੇਟੀ ਦਾ ਰਿਸ਼ਤਾ ਜਿਹੜਾ ਉਹ ਇਸਲਾਮ ਦੀ ਬੁਨਿਆਦ 'ਤੇ ਹੋਣਾ ਚਾਹੀਦਾ ਹੈ, ਅਖਲਾਕ ਦੀ ਬੁਨਿਆਦ 'ਤੇ ਹੋਣਾ ਚਾਹੀਦਾ। ਠੀਕ ਹੈ, ਸਾਰੇ ਮਾਮਲੇ ਵੇਖਣੇ ਚਾਹੀਦੇ ਨੇ, ਕਰਨੇ ਚਾਹੀਦੇ ਨੇ, ਲੇਕਿਨ ਨਬੀ ਪਾਕ ਨੇ ਫਰਮਾਇਆ ਫਜ਼ਫਰ ਬਿਜ਼ਾਤੀ ਦੀਨ, ਔਰ ਦੀਨ ਨੂੰ ਸਾਹਮਣੇ ਰੱਖਿਓ ਦੀਨ ਨੂੰ। ਔਰ ਦੂਸਰੀ ਗੱਲ ਏਵੇ, ਆਪਣੇ ਘਰਾਂ ਦੇ ਅੰਦਰ ਦੁਆ ਦਾ ਇਹਤਮਾਮ ਬਹੁਤ ਜ਼ਿਆਦਾ ਕਰਿਆ ਕਰੋ, ਇੱਕ ਦੂਸਰੇ ਨੂੰ ਯਾਦ ਦਿਹਾਨੀ ਬਹੁਤ ਜ਼ਿਆਦਾ ਕਰਾਇਆ ਕਰੋ। ਤੀਸਰੀ ਗੱਲ, ਯਾਦ ਦਿਹਾਨੀ ਨਮਾਜ਼ ਯਾਦ ਕਰਾਓ, ਕੁਰਾਨ ਯਾਦ ਕਰਾਓ, ਅਜ਼ਕਾਰ ਯਾਦ ਕਰਾਓ। ਹਾਂਜੀ, ਸੁਬਹ ਦੇ ਅਜ਼ਕਾਰ ਕੀਤੇ ਨੇ ਕਿ ਨਹੀਂ, ਸ਼ਾਮ ਦੇ ਅਜ਼ਕਾਰ ਕੀਤੇ ਨੇ ਕਿ ਨਹੀਂ, ਸਫ਼ਰ ਦੇ ਅਜ਼ਕਾਰ ਵੇਖੋ ਨਾ। ਮਾਸ਼ਾਅੱਲਾ, ਤੁਸੀਂ ਆਪਣੀ ਗੱਡੀ 'ਤੇ ਜਾ ਰਹੇ ਹੋ, ਮੋਟਰਸਾਈਕਲ 'ਤੇ ਤੁਸੀਂ ਜਾ ਰਹੇ ਹੋ, ਹੈਂ, ਗੱਡੀ 'ਤੇ ਬਹਿਣ ਦੀ, ਸਵਾਰੀ 'ਤੇ ਬਹਿਣ ਦੀ ਦੁਆ ਪੜ੍ਹੋ, ਮਾਸ਼ਾਅੱਲਾ, ਹੈਂ, ਸਫ਼ਰ ਦੀਆਂ ਦੁਆਵਾਂ ਪੜ੍ਹੋ। ਸਾਰੇ ਬੱਚਿਆਂ ਨੂੰ, ਜੇ ਬੱਚੇ ਨੂੰ ਐਤਲ ਕੁਰਸੀ ਨਹੀਂ ਆਉਂਦੀ, ਤੁਸੀਂ ਪੜ੍ਹੀ ਜਾਓ ਨਾਲ, ਬੱਚੇ ਹੌਲੀ ਹੌਲੀ ਐਤਲ ਕੁਰਸੀ ਪੜ੍ਹੀ ਜਾਣ, ਮਾਸ਼ਾਅੱਲਾ। ਅਤੇ ਮੇਰੇ ਪਿਆਰੇ ਭਾਈਓ, ਇਸੇ ਤਰ੍ਹਾਂ ਹੀ ਤਰਬੀਅਤ ਹੁੰਦੀ ਹੈ, ਇਸ ਤਰ੍ਹਾਂ ਹੀ ਇਸਲਾਮੀ ਮਾਹੌਲ ਪੈਦਾ ਹੁੰਦਾ। ਨਬੀ ਪਾਕ ਅਲੈਹਿ ਸਲਾਤੁ ਵਸਲਾਮ ਦੇ ਕੁਰਾਨ ਆਇਆ, ਅੱਲਾ ਪਾਕ ਨੇ ਕੁਰਾਨੇ ਪਾਕ ਅੰਦਰ ਬਿਆਨ ਫਰਮਾਇਆ, ਫਰਮਾਇਆ ਅਯੂਹੱਲਜ਼ੀਨਾ ਆਮਨੂ ਕੂ ਅਨਫੁਸਕੁਮ ਵਅਹਲੀਕੁਮ ਨਾਰਾ ਵਖੂਦੁਹਾ ਨਾਸੁ ਵਲਹਿਜਾ ਅਲੈਹਾ ਮਲਾਇਕਾ। ਅੱਲਾ ਦੇ ਨਬੀ ਅਲੈਹਿ
ਸਲਾਤੂ ਸਲਾਮ ਨੇ ਫਰਮਾਇਆ ਦੁਆਵਾਂ ਦਾ ਇਹਤਮਾਮ ਕਰਿਆ ਕਰੋ, ਘਰ ਦੇ ਅੰਦਰ ਕੁਰਾਨ ਦਾ ਇਹਤਮਾਮ ਕਰਿਆ ਕਰੋ। ਤਵੱਜੋ ਕਰਿਓ, ਨਬੀ ਪਾਕ ਅਲੈਹਿ ਸਲਾਮ ਨੇ ਫਰਮਾਇਆ ਲਾ ਤਜਅਲੂ ਬੁਯੂਤਕੁਮ ਕਬੂਰਾ, ਓਏ ਆਪਣੇ ਘਰਾਂ ਨੂੰ ਕਬਰਸਤਾਨ ਨਾ ਬਣਾਇਆ ਜੇ, ਕਬਰਸਤਾਨ ਨਾ ਬਣਾਇਆ ਜੇ। ਮਤਲਬ ਕੀ ਹੈ? ਕਬਰਸਤਾਨ ਤੋਂ ਮੁਰਾਦ ਕੀ ਹੈ? ਉਹ ਜਿਸ ਘਰ ਦੇ ਅੰਦਰ ਰੱਬ ਦਾ ਕੁਰਾਨ ਨਾ ਖੁੱਲੇ ਉਹ ਕਬਰਸਤਾਨ ਹੀ ਹੈ, ਉਹ ਜਿਸ ਘਰ ਦੇ ਅੰਦਰ ਕੋਈ ਨਮਾਜ਼ ਨਾ ਪੜ੍ਹੇ ਸਾਰੇ ਨਮਾਜ਼ ਦੇ ਟਾਈਮ ਸੁੱਤੇ ਪਏ ਨੇ ਉਹ ਕਬਰਸਤਾਨ ਬਣ ਚੁੱਕੇ ਹੈ, ਉਹ ਬਰਬਾਦੀ ਦੀ ਜਗ੍ਹਾ ਬਣ ਚੁੱਕੀ ਹੈ, ਉਹ ਨੌਸਤ ਦੀ ਜਗ੍ਹਾ ਬਣ ਚੁੱਕੀ ਹੈ, ਉਹ ਤਬਾਹੀ ਦੀ ਜਗ੍ਹਾ ਬਣ ਚੁੱਕੀ ਹੈ। ਬਾਪ ਵੀ ਸੁੱਤਾ, ਮਾਂ ਵੀ ਸੁੱਤੀ, ਬੇਟੀ ਵੀ ਸੁੱਤੀ ਅਤੇ ਬੇਟਾ ਵੀ ਸੁੱਤਾ, ਨੌਵਾਂ ਵੀ ਸੁੱਤੀਆਂ ਅਤੇ ਘਰ ਦਾ ਪੂਰਾ ਪੂਰੇ ਦਾ ਪੂਰਾ ਟੱਬਰ ਸੁੱਤਾ, ਹਰ ਹਰ ਫਰਦ ਸੁੱਤਾ। ਫਜਰ ਦਾ ਟਾਈਮ ਵੀ ਗੁਜ਼ਰ ਗਿਆ, ਇਸ਼ਰਾਕ ਦਾ ਟਾਈਮ ਵੀ ਗੁਜ਼ਰ ਗਿਆ, ਹਾਏ ਮੇਰੇ ਅੱਲਾ ਫਜਰ ਟਾਈਮ ਕੋਈ ਨਹੀਂ ਉੱਠਿਆ। ਨਬੀ ਪਾਕ ਅਲੈਹਿ ਸਲਾਮ ਨੇ ਫਰਮਾਇਆ ਆਪਣੇ ਘਰਾਂ ਨੂੰ ਕਬਰਸਤਾਨ ਨਾ ਬਣਾਇਆ ਜੇ, ਘਰ ਦੇ ਅੰਦਰ ਸੂਰਾ ਬਕਰਾ ਦੀ ਤਿਲਾਵਤ ਬਹੁਤ ਜ਼ਿਆਦਾ ਕਰਿਆ ਕਰੋ, ਮੈਂ ਦੀਸ਼ੇ ਪਾਕ ਦੇ ਅੰਦਰ ਪੜ੍ਹੇ ਦਰਾ ਬਹਾਰ ਪੈਦਾ ਕਰੋ। ਇਮਾਮੁਲ ਅੰਬੀਆ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਾਲੀ ਵਸੱਲਮ, ਆਪ ਅਲੈਹਿ ਸਲਾਮ ਨੇ ਫਰਮਾਇਆ ਉਹ ਜਿਸ ਘਰ ਦੇ ਅੰਦਰ ਸੂਰਾ ਬਕਰਾ ਪੜੀ ਜਾਏ ਉੱਥੇ ਜਾਦੂ ਜਿੰਨਾਤ ਨਹੀਂ ਜੇ ਆਉਂਦੇ, ਉਸ ਘਰ ਦੇ ਉੱਤੇ ਜਾਦੂ ਨਹੀਂ ਜੇ ਚੱਲ ਸਕਦਾ ਜਿਸ ਘਰ ਦੇ ਅੰਦਰ ਸੂਰਤੁਲ ਬਕਰਾ ਦੀ ਤਿਲਾਵਤ ਕੀਤੀ ਜਾਏ। ਆਪਣੇ ਘਰ ਦੇ ਅੰਦਰ ਰੂਟੀਨ ਬਣਾਓ, ਸੂਰਤੁਲ ਬਕਰਾ ਦੀ ਤਿਲਾਵਤ ਕਰਨੀ ਹੈ ਇੱਕ ਪਾਸਿਓਂ ਸ਼ੁਰੂ ਕਰ ਦਿਓ, ਮਾਸ਼ਾਅੱਲਾ ਦੋ ਸਫ਼ੇ ਪੜ੍ਹੇ ਨੇ, ਤਿੰਨ ਵਰਕੇ ਪੜ੍ਹੇ ਨੇ, ਪਾਈਆ ਪੜ੍ਹਿਆ ਹੈ, ਮਾਸ਼ਾਅੱਲਾ ਪਾਰਾ ਪੜ੍ਹਿਆ, ਡੇਢ ਪਾਰਾ ਪੜ੍ਹਿਆ, ਅੱਗੋਂ ਬੇਗਮ ਪੜ੍ਹੇ, ਅੱਗੋਂ ਬੇਟੀ ਪੜ੍ਹੇ, ਅੱਗੋਂ ਬਹੂ ਪੜ੍ਹੇ ਹੈ, ਮਾਸ਼ਾਅੱਲਾ ਇੱਕ ਦਫ਼ਾ ਨਹੀਂ, ਚਲੋ ਸੂਰਾ ਬਕਰਾ ਪੂਰੀ ਇੱਕ ਦਫ਼ਾ ਇੱਕ ਦਿਨ ਦੇ ਅੰਦਰ ਨਹੀਂ ਅਤੇ ਵਾਰੀ ਵਾਰੀ ਕਰਕੇ ਦੋ ਦਿਨਾਂ 'ਚ ਖਤਮ ਕਰ ਲਓ, ਤਿੰਨਾਂ ਦਿਨਾਂ 'ਚ ਖਤਮ ਕਰ ਲਓ, ਹਫ਼ਤੇ 'ਚ ਖਤਮ ਕਰ ਲਓ। ਲੇਕਿਨ ਮੇਰੇ ਪਿਆਰੇ ਭਾਈਓ, ਸੂਰਤੁਲ ਬਕਰਾ ਦੇ ਬਾਰੇ ਨਬੀ ਪਾਕ ਨੇ ਫਰਮਾਇਆ ਸਹੀ ਮੁਸਲਿਮ ਦੀ ਹਦੀਸ, ਆਪ ਅਲੈਹਿ ਸਲਾਮ ਫਰਮਾਉਂਦੇ ਨੇ ਉਸ ਘਰ ਦੇ ਉੱਤੇ ਜਾਦੂ ਨਹੀਂ ਚੱਲ ਸਕਦਾ, ਉਸ ਘਰ ਦੇ ਉੱਤੇ ਜਿੰਨਾਤ ਹਮਲਾ ਨਹੀਂ ਕਰ ਸਕਦੇ, ਉਸ ਘਰ ਉੱਤੇ ਸ਼ਯਾਤੀਨ ਹਮਲਾ ਨਹੀਂ ਕਰ ਸਕਦੇ ਜਿਸ ਘਰ ਦੇ ਅੰਦਰ ਸੂਰਤੁਲ ਬਕਰਾ ਦੀ ਤਿਲਾਵਤ ਕੀਤੀ ਜਾਏ, ਆਪਣੇ ਘਰਾਂ ਨੂੰ ਕਬਰਸਤਾਨ ਨਾ ਬਣਾਇਆ ਜੇ, ਘਰ ਦੇ ਅੰਦਰ ਕੁਰਾਨ ਖੋਲਿਆ ਕਰੋ। ਜੇ ਬੇਗਮ ਨੇ ਕੁਰਾਨ ਨਹੀਂ ਖੋਲਿਆ ਤਾਂ ਬੇਗਮ ਨੂੰ ਯਾਦ ਕਰਾਓ, ਬੇਗਮ ਅੱਜ ਕੁਰਾਨ ਨਹੀਂ ਪੜ੍ਹਿਆ ਤਾਂ ਕੁਰਾਨ ਪੜ੍ਹੋ। ਜੇ ਸ਼ੌਹਰ ਨੇ ਕੁਰਾਨ ਨਹੀਂ ਖੋਲਿਆ ਤਾਂ ਬੇਗਮ ਨੂੰ ਚਾਹੀਦਾ ਸ਼ੌਹਰ ਨੂੰ ਕਵੇ, ਅੱਲਾ ਵਾਲਿਓ ਮੇਰੇ ਸਰ ਦੇ ਤਾਜ ਕੁਰਾਨ ਨਹੀਂ ਖੋਲਿਆ। ਬੇਟੇ ਨੇ ਕੁਰਾਨ ਨਹੀਂ ਖੋਲਿਆ ਤਾਂ ਬੇਟੇ ਨੂੰ ਕਹੋ, ਬੇਟਾ ਕੁਰਾਨੇ ਪਾਕ ਖੋਲ ਕੇ ਪੜ੍ਹੋ, ਅੱਲਾ ਪਾਕ ਬਰਕਤਾਂ ਥਾ ਕਰੇਗਾ। ਚਲੋ ਜੇ ਕੁਛ ਨਹੀਂ ਆਉਂਦਾ ਤਾਂ ਕੁਲ ਹੋ ਅੱਲਾ 'ਤੇ ਆਉਂਦੀ ਹੈ ਨਾ, ਜੇ ਕੁਛ ਨਹੀਂ ਆਉਂਦਾ ਤਾਂ ਐਤਲ ਕੁਰਸੀ 'ਤੇ ਆਉਂਦੀ ਹੈ ਨਾ, ਜੇ ਕੁਛ ਨਹੀਂ ਆਉਂਦਾ ਤਾਂ ਲਾ ਇਲਾਹਾ ਇਲਾ ਅੰਤਾ ਸੁਬਹਾਨਕਾ ਇੰਨੀ ਕੁੰਤੂ ਮਿਨ ਜ਼ਾਲਿਮੀਨ 'ਤੇ ਆਉਂਦਾ ਹੈ ਨਾ, ਜੇ ਕੁਛ ਨਹੀਂ ਆਉਂਦਾ ਤਾਂ ਸੂਰਾ ਫਲਕ ਹੀ ਪੜ੍ਹ ਲਿਆ ਕਰੋ, ਸੂਰਾ ਨਾਸ ਹੀ ਪੜ੍ਹ ਲਿਆ ਕਰੋ। ਨਬੀ ਪਾਕ ਅਲੈਹਿ ਸਲਾਮ ਨੇ ਫਰਮਾਇਆ ਆਪਣੇ ਘਰਾਂ ਨੂੰ ਕਬਰਸਤਾਨ ਨਾ ਬਣਾਇਆ ਜੇ, ਆਪਣੇ ਘਰਾਂ ਨੂੰ ਯਾਰ, ਅਗਰ ਇਹੋ ਹੀ ਹਦੀਸ ਮੈਂ ਬਿਆਨ ਕਰਕੇ ਜੁਮਾ ਖਤਮ ਕਰ ਦਿਆ ਨਾ, ਇਨਸ਼ਾਅੱਲਾ ਤੁਹਾਡੇ ਆਉਂਦਾ ਮੁੱਲ ਵੀ ਪੈ ਗਿਆ ਅਤੇ ਮੇਰਾ ਵੀ ਪੈ ਗਿਆ। ਨਬੀ ਪਾਕ ਅਲੈਹਿ ਸਲਾਮ ਨੇ ਫਰਮਾਇਆ ਆਪਣੇ ਘਰਾਂ ਨੂੰ ਕਬਰਸਤਾਨ ਨਾ ਬਣਾਇਆ ਜੇ, ਕਿਉਂ? ਕਬਰਸਤਾਨ ਦੇ ਅੰਦਰ ਨਾ ਨਮਾਜ਼ ਪੜ੍ਹੀ ਜਾਂਦੀ ਹੈ, ਨਾ ਕੁਰਾਨ ਪੜ੍ਹਿਆ ਜਾਂਦਾ, ਨਾ ਅਜ਼ਕਾਰ ਕੀਤੇ ਜਾਂਦੇ ਨੇ, ਉੱਥੇ ਕਬਰਸਤਾਨ ਕਬਰਾਂ ਬਣੀਆਂ ਨੇ, ਉੱਥੇ ਵੀ ਮੁਰਦੇ ਪਏ ਨੇ ਅਤੇ ਘਰਾਂ 'ਚ ਵੀ ਮੁਰਦੇ ਹੀ ਪਏ ਨੇ, ਸਾਰੇ ਸੁੱਤੇ ਖਰਾਟੇ ਮਾਰਨ ਦੇ ਨੇ, ਕੋਈ ਫਜਰ ਟਾਈਮ ਬੇਦਾਰ ਨਹੀਂ ਹੋਇਆ। ਇੰਨਾ ਲਿਲਾਹੇ ਵਈ ਇੰਨਾ ਇਲੈਹ ਰਾਜਿਊਨ। ਨਬੀ ਇਸਲਾਮ ਨੇ ਕੀ ਫਰਮਾਇਆ? ਜਿਸ ਘਰ ਦੇ ਅੰਦਰ ਨਮਾਜ਼ ਪੜ੍ਹਨ ਵਾਸਤੇ ਲੋਕ ਨਹੀਂ ਉੱਠੇ, ਰੱਬ ਰੱਬ ਕਰਨ ਵਾਸਤੇ ਨਹੀਂ ਉੱਠੇ, ਤਵੱਜੋ ਕਰਿਆ ਜੇ, ਨਬੀ ਪਾਕ ਫਰਮਾਉਂਦੇ ਨੇ ਮੇਰਾ ਦਿਲ ਕਰਦਾ ਮੈਂ ਆਪਣੇ ਮੁਸੱਲੇ ਦੇ ਉੱਤੇ ਕਿਸੇ ਸਿਹਾਬੀ ਨੂੰ ਖੜਾ ਕਰ ਦਿਆਂ ਅਤੇ ਮੈਂ ਉਹਨਾਂ ਘਰਾਂ 'ਚ ਅੱਗ ਲਾ ਕੇ ਉਹਨਾਂ ਨੂੰ ਸਾੜ ਦਿਆਂ ਜਿਹੜੇ ਫਜਰ ਟਾਈਮ ਉੱਠ ਕੇ ਨਮਾਜ਼ ਪੜ੍ਹਨ ਵਾਸਤੇ
ਨਹੀਂ ਆਏ। ਆਓ ਫੈਸਲਾ ਵਾਦੀਓ, ਘਰਾਂ 'ਚ ਅੱਗ ਲੱਗ ਚੁੱਕੀ ਜੇ, ਭਰਾ ਭਰਾ ਦਾ ਦੁਸ਼ਮਣ ਹੋ ਚੁੱਕਿਆ, ਭੈਣ ਭੈਣ ਦੀ ਦੁਸ਼ਮਣ ਹੋ ਚੁੱਕੀ, ਮੀਆਂ ਬੀਵੀ ਲੜ ਕੇ ਮਰ ਗਏ, ਔਲਾਦਾਂ ਮਾਂ ਪਿਓ ਨਾਲ ਲੜ ਕੇ ਮਰ ਗਈਆਂ। ਮੇਰੇ ਪਿਆਰੇ ਭਾਈਓ, ਘਰਾਂ 'ਚ ਅੱਗ ਲੱਗ ਚੁੱਕੀ ਹੈ, ਘਰਾਂ 'ਚ ਤਬਾਹੀ ਆ ਚੁੱਕੀ ਹੈ। ਵਜ੍ਹਾ ਕੀ ਹੈ? ਅਸੀਂ ਫਜਰ ਦੇ ਟਾਈਮ ਬੇਦਾਰ ਨਹੀਂ ਹੋ ਰਹੇ, ਅਸੀਂ ਆਪਣੇ ਘਰਾਂ ਦੇ ਅੰਦਰ ਇਸਲਾਮੀ ਮਾਹੌਲ ਨਹੀਂ ਪੈਦਾ ਕੀਤਾ। ਹਰ ਬੰਦਾ ਇੱਕ ਦੂਜੇ ਦੀਆਂ ਲੱਤਾਂ ਵੱਢਣ ਦਿਆ, ਹਰ ਬੰਦਾ ਦੂਜੇ ਦੇ ਗਰੇਬਾਨ ਨੂੰ ਪਹਿਨ ਦਿਆ, ਔਰ ਡੇਲੇ ਕੱਢ ਕੱਢ ਕੇ ਬਦਤਮੀਜ਼ੀ ਕਰ ਰਿਹਾ। ਨਾ ਮੇਰੇ ਪਿਆਰੇ ਭਾਈਓ, ਆ ਜਾਈਏ ਅੱਲਾ ਦੇ ਦੀਨ ਵੱਲ, ਅੱਲਾ ਦੇ ਕੁਰਾਨ ਵੱਲ। ਸੁਬਹ ਉੱਠੋ, ਘਰ ਦੇ ਅੰਦਰ ਪਤਾ ਚੱਲੇ ਇਹ ਮੁਸਲਮਾਨਾਂ ਦਾ ਘਰ ਹੈ, ਇਹ ਨਬੀ ਪਾਕ ਦੇ ਨਾਲ ਮੁਹੱਬਤ ਕਰਨ ਵਾਲਿਆਂ ਦਾ ਘਰ ਹੈ। ਮੈਂ ਅੱਲਾ ਕੋ ਦੁਆ ਕਰਨਾ, ਆਮੀਨ ਕਿਹਾ ਜੇ। ਅੱਲਾ ਸੋਹਣਿਆ, ਸਾਨੂੰ ਘਰਾਂ 'ਚ ਦੀਨੀ ਮਾਹੌਲ ਪੈਦਾ ਕਰਨ ਦੀ ਤੌਫੀਕ ਅਤਾ ਫਰਮਾ, ਆਪਣੀਆਂ ਔਲਾਦਾਂ ਦੀ ਅੱਛੀ ਤਰਬੀਅਤ ਕਰਨ ਦੀ ਤੌਫੀਕ ਅਤਾ ਫਰਮਾ। ਹਜ਼ਾ ਮਾ ਕਾਨਾ ਇੰਦੀ ਵੱਲਾਹੁ ਆਲਮ ਬਿਸਵਾਬ, ਵਾਖਿਰ ਦਾਵਾਨਾ ਅਲਹਮਦੁਲਿਲਾਹ ਰੱਬਿਲ ਆਲਮੀਨ।